ਪੜਦਾਈ ਵਾਲੀ ਹੋ ਗਈ, ਗਰਮੀ ਬਹੁਤ ਕੁਝ ਜ਼ਿਆਦਾ ਹੋ ਗਈ। ਜੇ ਰੱਬ ਚਾਰ ਕੁ ਕਣੀਆਂ ਪਾ ਦੇ ਨਾ, ਰੇਤਾ ਜਾ ਦਬ ਜੀ। ਹੋਰ ਬਾਲੀ ਗਰਦ ਜੀ ਉੱਠਦੀ। ਹਾਂ ਵੀਰਪਾਲ। ਹਾਂ ਬੇਬੇ। ਅਮਨ ਅਮਨ ਅੰਦਰ ਪਈ ਸੀ। ਸੌਂ ਗਈ? ਨਾ ਸੌਣ ਕਿੱਥੇ, ਜੇ ਵਿਚਾਰੀ ਨੂੰ ਰਾਤ ਨੂੰ ਨੀਂਦ ਆਵੇ ਟਾਈਮ ਨਾਲ ਪਵੇ ਤਾਂ ਟਾਈਮ ਨਾਲ ਉੱਠੇ ਸਵੇਰੇ, ਨੀਂਦ ਹੀ ਨਹੀਂ ਆਉਂਦੀ, ਦਿਨੇ ਵੀ ਤਾਂ ਨੀਂਦਰੀ 'ਚ ਫਿਰੀ ਜਾਂਦੀ ਹੈ। ਨਹੀਂ ਮੈਂ ਮਰ ਜਾਂ, ਕੀ ਕਰੀਏ ਭਾਈ। ਹੋਰ ਰੋਟੀ ਤੇ ਨੀਂਦ ਤਾਂ ਬੇਬੇ ਸਰੀਰ ਲਈ ਜ਼ਰੂਰੀ ਨੇ। ਹੈਗੀ ਪੁੱਤ, ਇਹ ਤਾਂ ਹੈਗਾ ਹੀ ਹੈ। ਹੋਰ ਨੀਂਦਰੀ ਫਿਰੀ ਜਾਂਦੀ ਹੈ, ਕਦੇ ਕੰਮ ਕਰ ਲਿਆ ਕਦੇ ਪੈ ਜਾਂਦੀ ਹੈ ਕਰ ਲਿਆ, ਹੋਰ ਮੈਂ ਤਾਂ ਆਪ ਇਕੱਲੀ ਫਿਰੀ ਜਾਂਦੀ ਹਾਂ, ਥੱਕ ਜਾਂਦੀ ਹਾਂ ਬਸ। ਹੋਰ ਨੀਂਦ ਹੀ ਨਹੀਂ ਆਉਂਦੀ, ਪਤਾ ਨਹੀਂ ਇੰਨੀ ਨੀਂਦ ਘੱਟ ਕਿਉਂ ਹੈ, ਨਾ ਰੋਟੀ ਖਾਂਦੀ ਹੈ ਚੱਜ ਨਾਲ। ਰੋਟੀ ਦੀ ਵੀ ਫੇਰ ਨਹੀਂ ਭੁੱਖ ਲੱਗਦੀ ਪੁੱਤ, ਜੇ ਨੀਂਦ ਨਹੀਂ ਆਉਂਦੀ। ਹੋਰ ਬੇਬੇ ਜਮੀ ਨਹੀਂ। ਹਾਂ ਤੂੰ ਐ ਕਰ, ਮੇਰੇ ਕੋਲ ਭੇਜ ਉਹਨੂੰ। ਹਾਂ ਜਾ ਵੱਜ ਦੇ। ਲੋਈ ਬੜੀ ਪੈਣ ਲੱਗੀ ਬੇ, ਬਾਲੀ ਤੇਲ ਹੋਆ। ਹਾਂ ਤੂੰ ਕਿਧਰੋਂ ਆਏ ਵੇ? ਮੈਂ ਤਾਂ ਪਿੰਡ 'ਚ ਸੀਗਾ। ਹਾਂ ਉੱਥੇ ਮੇਰੀ ਚਾਚੀ ਬੈਠੀ ਸੀਗੀ। ਕਿੱਥੇ? ਕਹਿੰਦੇ ਕੌਣ ਆਊਗਾ ਲੇਟ, ਮੈਨੂੰ ਫੋਨ ਕਰਿਆ ਉਹਨੇ। ਹਾਂ ਅੱਗੇ ਦਾਰੂ ਦੀ ਬੋਤਲ ਲੈ ਕੇ ਦੇ। ਮੈਂ ਫਿਰ ਕੌਣ ਆਪ ਲਿਆ ਵੇ? ਉਹ ਆਏ ਕਹਿੰਦੇ ਸੀਗੇ ਕੋਨੇ ਦਾ ਫੋਨ ਆਏਗਾ ਵੀ ਉਹ ਹੋਊਗਾ ਲੇਟ, ਆਉਂਦੇ ਨੂੰ ਠੇਕੇ ਬੰਦ ਹੋ ਜਾਣਗੇ। ਜਦੋਂ ਬਾਲਾ ਗਲ ਪੈ ਗਈ ਫਿਰ ਉਹਨੇ ਲਿਆਉਣ ਲੈ ਕੇ ਦੇਣੀ ਪਈ। ਵੇ ਪੈ ਜਾਣਿਆ, ਤਾਂ ਹੀ ਤਾਂ ਤੁਹਾਨੂੰ ਚੱਜ ਨਹੀਂ ਹੈਗਾ, ਤੈਨੂੰ ਪਤਾ ਨੀ ਮੇਰੇ ਨਾਲ ਹੀ ਰਹੀ ਹੈ ਤੇਰੀ ਚਾਚੀ। ਇਹ ਤਾਂ ਜਿੰਨਾ ਚਿਰ ਤਾਂ ਰਿਹਾ ਸੀ ਤੇਰਾ ਚਾਚਾ, ਓਨਾ ਚਿਰ ਤਾਂ ਇਹਨੂੰ ਰਿਹਾ ਸੀ ਡੰਡੇ ਦਾ ਡਰ। ਇਹ ਤਾਂ ਦਾਰੂ ਪੀਂਦੀ ਹੈ। ਅੱਛਾ ਜੀ, ਆਪ ਪੀਂਦੀ ਹੈ ਇਹ? ਬੁੜੀਆਂ ਕੇ ਦਾਰੂ ਪੀਂਦੀ ਹੁੰਦੀ ਹੈ? ਬਸ ਕਰ ਜਾ, ਜੇ ਤੁਹਾਨੂੰ ਪਤਾ ਹੋਵੇ ਫੇਰ ਇਹਨਾਂ ਗੱਲਾਂ ਦਾ। ਜੇ ਬੁੜੀਆਂ ਦਾਰੂ ਪੀਣ ਲੱਗੇ ਫਿਰ ਤਾਂ ਘਰ ਵਸ ਗਈ। ਵੇ ਦਾਰੂ ਪੀਂਦੀ ਹੈ ਮੰਨ ਜਾ, ਉਦੋਂ ਨਹੀਂ ਫਿਰ ਮੈਨੂੰ। ਅੱਛਾ ਉਹ ਆਊਗਾ ਮੁੰਡਾ ਦਿਹਾੜੀ ਤੋਂ, ਆਪਣੇ ਪਿੰਡ ਵਾਲਾ ਠੇਕਾ ਬੰਦ ਹੋਜੂ, ਬਾਹਰਲੇ ਤਾਂ ਨਹੀਂ ਬੰਦ ਹੁੰਦੇ? ਫਿਰ ਬਾਹਰ ਪੀਂਦਾ ਨਹੀਂ ਹੋਣਾ, ਘਰੇ ਆ ਕੇ ਪੀਂਦਾ ਹੋਊ। ਮੇਰੀ ਗੱਲ ਸੁਣ, ਠੇਕੇ ਦੀ ਦਾਰੂ ਤੇ ਕੋਈ ਰੋਕ ਲੱਗੀ ਹੋਈ ਹੈ ਵੀ ਬਾਹਰੋਂ ਲੈ ਨਹੀਂ ਸਕਦਾ, ਜਿੱਥੋਂ ਮਰਜ਼ੀ ਲਿਆਵੇ? ਉਹਨੇ ਵਾਸਤੇ ਕਾਨੂੰਨ ਲੈਂਦੀ ਹੈ, ਉਹ ਤਾਂ ਆਪਦੇ ਵਾਸਤੇ ਲੈਂਦੀ ਹੈ। ਨਾ ਨਾ ਬੇ, ਹੁਣ ਗੱਡੀਆਂ ਚਲਾਉਣ ਨਾਲ ਦੀ ਨਾਲ 7 ਸਾਲ ਦੀ ਸਜ਼ਾ ਹੈ। ਚਲ ਚੰਗਾ, ਤੁਸੀਂ ਕਿਹੜਾ ਮੰਨਦੇ ਹੁੰਨੇ ਹੋ, ਖਾ ਲੈ ਰੋਟੀ ਆ ਕੇ। ਠੀਕ ਹੈ। ਬੇਸੂਰ ਵਾਲੇ ਕਿੱਥੇ ਗਏ? ਬੂਹ ਬੋਤਲ ਲਿਆ ਕੇ ਦੇਤੀ ਯਾਰਕੜੇ ਨੇ। ਹਾਏ ਹਾਏ ਰੱਬਾ, ਧੰਨਵਾਦ ਨਾ ਬਈ, ਜਮੀ ਨੀ ਰਾਮ, ਚਾਰ ਦਿਨ ਹੋਏ ਕੋਈ ਗੱਲ ਨੀ। ਜਰਾ ਹੋਰ ਜੇ ਰਾਮ ਹੁੰਦਾ ਮੈਂ ਤਾਂ ਉੱਡੀ ਫਿਰਦੀ ਰਹਿੰਦੀ, ਤੁਹਾਨੂੰ ਪਤਾ ਹੀ ਹੈ ਮੈਂ। ਚਲ ਹੈਪੀ ਐਂਡ ਵੀ ਨਾ ਫੋਨ ਲਾਈ ਭਾਈ, ਤੂੰ ਟੈਨਸ਼ਨ ਲੈ ਜੂ। ਨਾ ਬਈ ਹੁਣ ਤਾਂ ਮੈਂ ਕਾਹਨੂੰ ਦੱਸਦੀ ਹਾਂ, ਮਾੜੀ ਮੋਟੀ ਗੱਲ ਹੀ ਦੱਸ ਦਿੰਦੀ ਹਾਂ ਉਹਨੂੰ ਤਾਂ। ਕੋਈ ਨਹੀਂ, ਚਾਰ ਦਿਨ ਹੋਏ ਨੇ, 10 ਦਿਨ ਦਵਾਈ ਖਾ ਕੇ ਦੇਖ ਲਓ ਕਰਾ। ਚਲ ਦੇਖਦੇ ਹਾਂ ਬਈ ਫਿਰ। ਬਸ ਤਾਂ ਬਹੁਤ ਵਧੀਆ ਸਰ ਉਹ। ਹਾਂ ਚਲ ਦੇਖ, ਚਲ ਵੀ ਪਲ ਚਾਹ ਬਣਾ ਜਾ, ਬਣਾਉਣੀ ਹੈ ਚਾਹ। ਚਲ ਜਾਇਆ ਬੇਬੇ ਦੀ। ਹਾਂ ਜਾਨੀ ਆਪਣੇ। ਚੰਗਾ ਹਾਏ 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 ਹਾਏ, ਓਹੋ ਕੀ ਕਰਾਂ, ਸਿਰ ਦਾ ਹਟਦਾ ਹੀ ਨਹੀਂ। ਆਉਂਦੀ ਹੈ ਵਧੀਆ, ਡਿੱਗਦੀ ਪੈਂਦੀ। ਬਹਿ ਜਾ ਪੁੱਤ। ਹਾਏ ਹਾਏ, ਕਿਵੇਂ ਹੈ ਧੀਏ ਤੂੰ ਹੁਣ? ਬੇਬੇ ਜਮਾਂ ਨਹੀਂ ਠੀਕ, ਮੈਂ ਤਾਂ 1% ਵੀ, ਮੈਂ ਤਾਂ ਬਾਹਲਾ ਬੁਰਾ ਹਾਲ ਹੈਗਾ, ਸਾਰੀ ਰਾਤ ਆਈ ਲੰਘ ਜਾਂਦੀ ਹੈ, ਨੀਂਦ ਜਮਾਂ ਨਹੀਂ ਆਉਂਦੀ, 5 ਮਿੰਟ ਕੀ ਕਹਿਣਾ, ਅੱਖ ਲੱਗ ਗਈ। ਪੁੱਤ ਮੈਂ ਕਿੱਥੇ ਜਾਵਾਂ, ਉਹ ਚੋਲੀ ਦਵਾਈ ਨਾਲ ਜਮੇ ਨਹੀਂ ਫਰਕ। ਨਾ ਬੇਬੇ ਜਮੇ ਹੀ ਨਹੀਂ ਫਰਕ,
ਨਹੀਂ ਮੈਂ ਤੈਨੂੰ ਪਤਾ ਕਿੱਥੇ ਟਿਕਣ ਵਾਲੀ ਆਗੀ। ਐ ਤਾਂ ਪਤਾ ਹੈ ਪੁੱਤ, ਮੈਂ ਕੀ ਦੱਸਾਂ, ਪਤਾ ਨੀ ਕੀ ਨਜ਼ਰਾਂ ਨੇ ਖਾ ਲਈ ਤੂੰ ਤਾਂ। ਕੋਈ ਤਾਂ ਡਾਕਟਰ ਨੀ ਛੱਡਿਆ, ਕੋਈ ਤੇਰਾ ਟੈਸਟ ਨੀ ਛੱਡਿਆ ਕਰਾਉਣ ਕਨੀਓ। ਹੈ ਉਹ ਜਵਾਕ ਪ੍ਰਦੇਸਾਂ ਚ ਬੈਠਾ ਡਬਈ, ਉਹਦੇ ਕੋਲ ਮੈਂ ਐ ਨੀ ਗੱਲ ਕਰਦੀ ਵੀ ਉੱਥੇ ਉਹ ਟੈਨਸ਼ਨ ਲਊਗਾ। ਹੋਰ ਵੀ ਹੁਣ ਤਾਂ ਮੈਂ ਵੀ ਦੱਸਦੀ, ਮੈਂ ਤਾਂ ਮਾੜੀ ਮੋਟੀ ਗੱਲ ਹੀ ਕਰਦੀ ਹਾਂ ਵੀ ਮੈਂ ਤਾਂ ਠੀਕ ਹਾਂ। ਮੈਂ ਉਹੀ ਤਾਂ ਗੱਲ ਕਰਦੀ ਹਾਂ, ਫਿਰ ਹੁਣ ਕਿਹਦੇ ਕੋਲੇ ਲਿਜਾਵਾਂ? ਸਿਆਣਿਆਂ ਸੱਪਿਆਂ 'ਚ ਕਦੇ ਮੈਂ ਨਹੀਂ ਪਈ। ਨਾ ਨਾ ਬੇਬੇ, ਸਿਆਣਿਆਂ ਕੋਲੇ ਕੀ ਹੈਗਾ? ਕੀ ਹੈ, ਮੈਂ ਵੀ ਤੈਨੂੰ ਐਂ ਕਹਿੰਦੀ ਹਾਂ ਪੁੱਤ, ਸਿਆਣੇ ਕਾਰਖਾਨੇ ਨੇ, ਕਿਹਦੇ ਕੋਲੇ ਲੈ ਕੇ ਜਾਵਾਂ? ਤੇਰੀ ਮਾਸੀ ਬਥੇਰਾ ਕਹਿੰਦੀ ਤੀ ਫਲਾਣੇ ਕੋਲੇ ਲੈ ਜਾ, ਧਿਮਕੇ ਕੋਲੇ ਲੈ ਜਾ, ਕਿੱਥੇ ਲੈ ਕੇ ਜਾਵਾਂ? ਦੇਖ ਪੁੱਤ, ਡਾਕਟਰਾਂ ਰਾਹੀਂ ਤਾਂ ਭਾਵਾਂ ਮੈਥੋਂ ਨੰਦਣ ਲੈ ਜਾ, ਸਿਆਣੇ ਵਾਲੇ ਪਾਸੇ ਤਾਂ ਹੱਥ ਬਣਾ ਲੈਤੀ ਹੈ, ਮੈਂ ਰਾਹ ਨਹੀਂ ਪੈਂਦੀ। ਇਹ ਤਾਂ ਬੇਬੇ ਡਾਕਟਰੀ ਇਲਾਜ ਹੈ, ਡਾਕਟਰੀ ਇਲਾਜ ਵੀ ਹੋਵੇ ਨਾ, ਹੋਰ ਨੀਂਦ ਤਾਂ ਆਵੇ। ਪਤਾ ਨਹੀਂ ਇਹ ਜਿਹਾ ਕੀ ਹੋ ਗਿਆ ਲੈ, ਨੀਂਦ ਹੀ ਨਹੀਂ ਆਉਂਦੀ, ਨੀਂਦ ਹੀ ਨਹੀਂ ਆਉਂਦੀ, ਮੈਨੂੰ ਤਾਂ ਜਮਾਂ ਹੀ ਨਹੀਂ ਨੀਂਦ ਆਉਂਦੀ, ਤਾਂ ਹੀ ਮੇਰਾ ਸਿਰ ਦੁਖਦਾ ਗਾ ਜਦੋਂ ਨੀਂਦ ਹੀ ਨਹੀਂ ਆਉਂਦੀ ਹੈਗੀ। ਹੁਣ ਇੰਨੀਆਂ ਦਵਾਈਆਂ ਨੇ ਥੱਬਾ ਦਵਾਈਆਂ ਦਾ ਗਾ, ਕਿਹੜੀ ਚੰਗੀ ਹੈ ਕਿਹੜੀ ਮਾੜੀ ਹੈ ਕੀ ਪਤਾ, ਪਤਾ ਨਹੀਂ ਲੱਗਦਾ। ਹੁਣ ਕਦੇ ਢੂਹੀ ਦੁਖਣ ਲੱਗ ਗਈ, ਕਦੇ ਸਿਰ ਤਾਂ ਹੁਣ ਦੁਖਦੀ ਦੁਖਦਾ ਗਾ, ਸਰੀਰ 'ਚ ਐਂ ਨਾ ਜਾਨ ਜੀ ਨਹੀਂ ਰਹੀ। ਮੈਂ ਦੱਸਦੀ ਹਾਂ ਪੁੱਤ ਤੈਨੂੰ, ਜਾਨ ਕਾਹਦੇ ਨਾਲ ਰਹੇ, ਤਿੰਨ ਸਾਲ ਹੋ ਗਏ ਭਾਂਤ ਭਾਂਤ ਦੀਆਂ ਦਵਾਈਆਂ ਖਾਂਦੀ ਨੂੰ। ਮੈਂ ਤਾਂ ਹੁਣ ਐ ਸੋਚਦੀ ਆਂ ਵੀ ਤੈਨੂੰ ਲੈ ਕੇ ਕਿਹਦੇ ਜਾਵਾਂ। ਹੋਰ ਬੇਬੇ, ਮੈਂ ਤਾਂ ਦਵਾਈਆਂ ਖਾ ਖਾ ਕੇ ਵੀ ਅੱਕ ਗਈ ਜਮਾਂ, ਸੱਚੀ ਗੱਲ ਹੈ ਪੁੱਤ। ਹੋਰ ਬੇਬੇ, ਮੇਰਾ ਸਿਰ ਤਾਂ ਕੀ ਹਟਣਾ, ਮੇਰੇ ਉਹ ਅੰਗ ਗਲ ਜਾਣਗੇ ਦਵਾਈਆਂ ਖਾ ਖਾ ਕੇ। ਪੁੱਤ ਫਿਰ ਦਵਾਈਆਂ ਤਾਂ ਖਾਧੇ ਬਿਨਾਂ ਸਰਦਾ ਨਹੀਂ। ਹੋਰ ਬੇਬੇ, ਵਾਲੀਆਂ ਖਾਂਦੀ ਹਾਂ ਮੈਂ ਤਾਂ, ਕਿੰਨੇ ਤਿੰਨ ਸਾਲ ਹੋ ਗਏ ਦੇਖ ਲੈ। ਹੋਰ ਕੀ ਕਰਾਂ ਪੁੱਤ, ਕਿਹਦੇ ਕੋਲੇ ਲੈ ਕੇ ਜਾਵਾਂ? ਹੋਰ ਚੱਲ ਐਂ ਕਰ, ਅੰਦਰ ਪੈ ਜਾ ਕੇ, ਚੱਲ ਮੈਂ ਵੀ ਉੱਥੇ ਆਉਣੀਆਂ, ਦੇਖਦੀ ਆ ਕੀ ਕਰੀ ਜਾਂਦੀ ਆ ਵੀਰਪਾਲ। ਹੁਣ ਚੱਕਰ ਜੇ ਵੀ ਆਉਣ ਲੱਗ ਗਏ ਨਾਲ, ਚੱਕਰ ਤਾਂ ਦਵਾਈਆਂ ਕਰਕੇ ਆਉਂਦੇ ਨੇ। ਚੱਲੀਏ, ਕੀ ਕਰ ਸਕਦੀ ਆ ਮੈਂ ਦੱਸ, ਜਵਾਕ ਨੂੰ ਨਹੀਂ ਦੱਸਣਗੇ ਉਹ ਵੀ। ਲੈ ਭੈਣੇ, ਕੋਈ ਕਰੀਏ ਜਗਾੜ ਹੱਥਾਂ ਨੂੰ ਖਾਣ ਪੀਣ ਦਾ, ਇਹ ਕਿਸੇ ਨੇ ਬੜੀ ਚੀਜ਼ ਬਣਾਈ ਹੈ, ਕਮਾਲ ਦੀ ਗੱਲ ਹੈ। ਉਹੀ ਗੱਲ, ਮੁੰਡਾ ਘੱਟ ਗਿਆ ਆਪ ਵੱਧ ਗਈ, ਅੱਗੇ ਮੈਂ ਮੁੰਡੇ ਨੂੰ ਲੜਦੀ ਹੁੰਦੀ ਵੀ ਨਾ ਪੀਆ ਕਰ ਨਾ ਪੀਆ ਕਰ, ਹੁਣ ਪਤਾ ਲੱਗਦਾ ਇਹ ਤਾਂ ਪੈਰ 'ਤੇ ਡੁੱਲੀ ਮਾਰਨੀ, ਸਹੀ ਗੱਲ ਹੈ। ਹੁਣ ਮੈਂ ਲੈ ਕੇ ਜਾਵਾਂ ਇਹਨਾਂ ਦੇ ਬਰਫ਼। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਭੈਣੇ, ਹੋਰ ਠੀਕ ਹੈ? ਹਾਂ ਠੀਕ ਹੈ, ਕਰ ਲਿਆ ਕੰਮ? ਹਾਂ ਕਰ ਲਿਆ ਭੈਣੇ, ਬਸ ਆਟਾ ਗੁੰਨਿਆ ਹੀ, ਸਬਜ਼ੀ ਤੜਕੇ ਬਣਾ ਲਈ ਸੀਗੀ, ਫਿਰ ਜਾਣਾ ਸੀ ਉਹਨੇ ਵਿਚਾਰੇ ਨੇ ਦਿਹਾੜੀ ਤੇ ਫੈਕਟਰੀ 'ਚ, ਤੇ ਉਸੇ ਸਬਜ਼ੀ ਦੇ ਨਾਲ ਹੁਣ ਖਾ ਲਾਂਗੇ ਤੜਕੇ, ਫਿਰ ਤਾਜ਼ੀ ਬਣਾਉਂਗੀ, ਕਿਉਂ ਵੇਹੀ ਤੇ ਵੇਹੀ ਜਦੋਂ ਜਾਂਦੀ ਫਿਰ ਨਾਲੇ, ਹੁਣ ਤਾਂ ਗਰਮੀ ਹੈ, ਗਰਮੀ ਤੜਕੇ ਨੂੰ ਖਰਾਬ ਹੋ ਜਾਂਦੀ, ਹੋਰ ਖੱਟੀ ਮਿੱਠੀ ਹੋ ਜਾਂਦੀ। ਹੋਰ ਕਿਵੇਂ ਆਈ ਤੁਰਤ? ਫਿਰ ਮੈਂ ਤਾਂ ਬਰਫ਼ ਲੈਣ ਆਈ ਸੀ। ਕੀ ਗੱਲ ਤੁਹਾਡੀ ਬਰਫ਼? ਸਾਡੀ ਬਰਫ਼ ਦੀ ਵੀ ਸੁਣ ਲੈ ਗੱਲ, ਕੱਲ੍ਹ ਹੱਥਣੇ ਜੇ ਘੱਟ ਨਹੀਂ ਲਾਈਟ ਆਈ, ਹਾਂ ਡਿੰਮ ਜੀ ਆ ਗਈ ਸੀ, ਆ ਗਈ ਸੀ, ਤੇ ਕੋਨੇ ਨੂੰ ਮੈਂ ਕਿਹਾ ਵੇ, ਮੈਂ ਕਿਹਾ ਉਹੀ ਗੱਲ ਲਾ ਦੀ ਭਾਈ ਤੂੰ ਲਾਈਟ, ਮੈਨੂੰ ਕਹਿੰਦਾ ਚੰਗਾ ਮੈਂ ਪਕਾਉਣ ਲੱਗ ਗਈ ਰੋਟੀਆਂ, ਚੱਕ ਮੈਨੂੰ ਨੀਂਦ ਜੀ ਆ ਗਈ, ਮੈਂ ਤਾਂ ਪੈ ਗਈ, ਮੈਂ ਕਿਹਾ ਪੁੱਤ ਲਾਈਟ ਲਾ ਦੀ, ਯਾਦ ਕਰਕੇ ਫ੍ਰਿਜ 'ਚ ਲਾ ਦੀ, ਮੈਨੂੰ ਕਹਿੰਦਾ ਚੰਗਾ ਮਾਤਾ ਚਲਾ ਦੂੰ, ਉਵੇਂ ਬਸ ਮੇਰੇ ਨਹੀਂ ਯਾਦ ਰਿਹਾ ਮੈਨੂੰ ਆ ਰਿਹਾ ਵੀ ਇਹਨੇ ਲਾਤਾ ਕੁਛ, ਮੈਨੂੰ ਤਾਂ ਨੀਂਦ ਆ ਗਈ ਭੈਣੇ, ਨੀਂਦ ਉੱਤੋਂ ਨਹੀਂ ਪੈ ਗਈ, ਮੈਂ ਤਾਂ ਫਿਰ ਸੌਂਗੀ, ਉਹ ਵੀ ਸੌਂਗੇ, ਫ੍ਰਿਜ ਵੀ ਨਹੀਂ ਤਾਂ ਕਿਸੇ ਨੇ ਵੀ ਨਾ ਦੇਖਿਆ, ਤੜਕੇ ਦਿਨ ਚੜੇ ਦਾ ਪਤਾ ਲੱਗਿਆ। ਨਾਲੇ ਤੁਹਾਨੂੰ ਕਿਹੜਾ ਭੈਣੇ ਫਿਰ ਰਾਤ ਨੂੰ ਸੁਰਤ ਹੁੰਦੀ ਹੈ? ਕਿਵੇਂ ਕਿਵੇਂ? ਨਹੀਂ ਕਹਿੰਦੀ ਐ ਨਹੀਂ, ਉਹ ਮੁੰਡਾ ਤਾਂ ਨਹੀਂ ਨਹੀਂ ਐ ਨਹੀਂ ਕਹਿੰਦੀ ਵੀ ਮੁੰਡਾ ਤਾਂ ਪਿੱਗ ਛਗ ਲਾ ਕੇ ਪੈ ਜਾਂਦਾ, ਤੂੰ ਥੱਕ ਕੇ ਪੈ ਜਾਂਦੀ ਹੈ, ਹੈ ਪਤਾ ਨਹੀਂ ਨਾ ਲੱਗਦਾ ਸਾਂਗ ਵੇ, ਕੋਈ ਨਾ ਬਰਫ਼ ਤਾਂ ਲੈ ਜਾ ਤੂੰ ਫ੍ਰਿਜ 'ਚੋਂ ਲੈ ਜਾ ਕੱਢ ਕੇ। ਹੋਰ ਚੱਲ ਮੈਂ ਵੀ ਆਉਣ ਵਾਲਾ ਕੋਨਾ ਫਿਰ, ਹਾਂ ਲੈ ਜਾ ਕੱਢ ਕੇ, ਮੈਂ ਰੋਟੀ
ਤਿੰਨ ਸਾਲ ਹੋ ਗਏ ਓਹਦਾ ਤਾਂ ਬਸ ਪੂਰਾ ਹੀ ਹਾਲ ਹੈ। ਬਥੇਰੇ ਭੈਣੇ ਡਾਕਟਰ ਕਾਤੇ ਅਸੀਂ ਤਾਂ ਟੂਟੀ ਤੇ ਨਾ ਬਰਫ਼ ਤਾਂ ਕੱਢ ਕੇ ਲੈ ਜੀ ਡਾਂਗਾ ਭਰਾ ਜੀ ਕੁੜੀਆਂ ਭਰ ਕੇ ਧਰ ਦੇਣਗੀਆਂ। ਚੰਗਾ ਭੈਣੇ, ਹਾਂ ਤਾਂ ਲੋੜ ਪੈਂਦੀ ਰਹਿੰਦੀ ਹੈ। ਮੈਨੂੰ ਤਾਂ ਇਹ ਸੋਚ ਲੱਗੀ ਪਈ ਸੀ, ਮੈਂ ਕਿਹਾ ਜੇ ਬਰਫ਼ ਨਾ ਮਿਲੀ ਬੂ ਫਿਰ ਕਿਵੇਂ ਪੀਊ, ਤੱਤੀ ਤਾਂ ਪੀਣੀ ਵੀ ਔਖੀ ਹੈ। ਜਦੋਂ ਬੰਦੇ ਪੀਂਦੇ ਨੇ ਫਿਰ ਬੁੜੀਆਂ ਦਾ ਇੱਕ ਗੱਲ ਚੜ੍ਹਦੀ ਹੈ, ਇੰਨੀ ਸਵਾਦ ਲੱਗਦੀ ਹੈ, ਕਿਆ ਬਾਤ ਹੈ, ਫਿਰ ਨਜ਼ਾਰਾ ਆਉਂਦਾ ਜਮਾਂ ਪੀ ਖਾ ਕੇ। ਫਿਰ ਭੈਣੇ ਨੀਂਦ ਵੀ ਹੈ ਨਾ, ਸੋਚ ਨਾ ਫਿਕਰ ਨਾ ਟੈਨਸ਼ਨਾਂ ਦੂਰ ਹੋ ਜਾਂਦੀਆਂ ਨੇ ਪੁੱਤੇ ਪੀ ਜੀ ਇਹ ਜੀ ਚੱਕ। ਜਦੋਂ ਪੀ ਲੈਂਦੇ ਸੋਚ ਨਾ ਫਿਕਰ ਅੱਗੇ, ਉਹ ਗੱਲ ਹੋ ਗਈ ਮੇਰੇ ਨਾਲ ਤਾਂ, ਤੀ ਘੱਤਣੀ ਨਹੀਂ ਨੂੰ ਲਿਆਉਣੀ ਨਹੀਂ, ਤਾਰੇ ਦੀ ਸੁੱਖ ਮਨਾਉਣੀ ਨਹੀਂ, ਖਾਣਾ ਪੀਣਾ ਹੀ ਹੈ, ਪੀਣੀ ਹੈ, ਜੇ ਨੂੰ ਖਾਵੇ ਨਖਰਾ ਦੇਖ ਜੱਟੀ ਦਊ ਤਾਂ ਆਪਦੇ ਜਣੇ ਮੇਥੋਂ ਉਹ ਕਰਿਆ ਨਕਲ ਖੋਇਆ। ਲੈ ਭੈਣੇ ਡਾਊਗਾ ਧਰ ਦਿਓ ਭਰ ਕੇ, ਇੱਥੇ ਧਰ ਦੇ ਭੈਣੇ ਇੱਥੇ ਮੇਜ਼ 'ਤੇ। ਅੱਛਾ ਲੈ ਮੇਜ਼ 'ਤੇ ਧਰ ਜਾ, ਆ ਪਿਆ ਧਰ ਜਾ ਧਰ ਜਾ। ਜੈ ਵੱਡੀ ਦੀ ਨੇ ਕਿੱਥੋਂ ਚੰਦਰਾ ਰੋਗ ਲਾਇਆ, ਸੜੀ ਹੋਈ ਨੇ, ਮੁਸਕ ਮਾਰਦੀ ਤੀ ਬੋਕ ਵਰਗੀ, ਦੇਖ ਲੈ ਸ਼ਰਮ ਨਹੀਂ ਆਉਂਦੀ ਹੈਗੀ, ਕਹਿੰਦੀ ਬਰਫ਼ ਦੇ ਦੇ ਲੈ। ਹੁਣ ਕਿਹੜੀ ਬਰਫ਼ ਦੀ ਰੁੱਤ ਹੈ ਹਜੇ, ਹਜੇ ਤਾਂ ਬਰਫ਼ ਕੋਈ ਵੀ ਨਹੀਂ ਪੀਂਦਾ, ਮਰੀ ਪਈ ਆ ਬਰਫ਼ ਬਿਨਾ, ਜਾਨ ਨਿਕਲਦੀ ਤੀ ਜੇ ਵੱਡੜੀ ਦੀ। ਕੁੜੇ ਵੀਰ ਪਾ ਲਓ ਡੋਂਗਾ ਪਿਆ ਫੂਕਿਆ ਉੱਥੇ ਬਾਹਰ। ਚਾਚੀ ਆਈ ਸੀ ਬੇਬੇ? ਤੇਰੇ ਚਾਚੀ ਆਈ ਸੀ ਪੁੱਤ। ਬੇਬੇ ਮੁਸਕ ਕਿੰਨੀ ਮਾਰੀ ਜਾਂਦੀ, ਆਪਣੇ ਤਾਂ ਲੱਛੀ ਵੀ ਨਹੀਂ ਪੀਂਦਾ ਦਾਰੂ। ਕੁੜੇ ਮੇਰੀ ਵੀ ਸੁਣ ਲੈ, ਲੱਛੀ ਤਾਂ ਨਹੀਂ ਪੀਂਦਾ, ਉਰੇ ਵੈਗੀ ਆ ਗਈ ਬੋਕ ਵਰਗੀ ਮੁਸਕ ਆਵੇ ਜੇ ਵੱਡੜੀ ਚੋਂ, ਬੈਲ ਲਾ ਰੱਖਿਆ ਚੰਦਰਾ ਉੱਤੀ ਨੇ। ਬੇਬੇ ਸੱਚੀ ਪੀਂਦੀ ਹੈ ਸ਼ਰਾਬ? ਸਾਰਾ ਪਿੰਡ ਝੂਠਾ ਸੁਣਿਆ ਤਾਂ ਹੈਗਾ ਪਰ ਯਕੀਨ ਜਾਂ ਨਹੀਂ ਆਉਂਦਾ। ਯਕੀਨ ਤਾਂ ਲੱਛੀ ਨਹੀਂ ਮੰਨਦਾ ਤੀ, ਮੁਸਕ ਦੇਖ ਲੈ ਫ੍ਰਿਜ ਚੋਂ ਲੈ ਗਈ ਕੱਢ ਕੇ, ਉਹ ਬਾਹਰ ਪਿਆ ਡੋਂਗਾ ਭਰਾ ਭਰ ਕੇ ਫੂਕ ਆਪ ਕੱਢ ਕੇ ਦਿੱਤਾ ਸੀ, ਕਾ ਪੀ ਲੈ ਗਈ। ਕੁੜੇ ਮੈਥੋਂ ਕਿੱਥੇ ਕੱਢਿਆ ਗਿਆ, ਇਹਨੂੰ ਕਿਉਂ ਪਾੜਦੀ ਹੁੰਨੀ ਹੈ ਜੇ ਤਾਂ ਆਪ ਕੱਢ ਕੇ ਦੇ ਦਿੰਦੀ ਉੱਠ ਕੇ। ਕੁੜੇ ਮੇਰੀ ਗੱਲ ਸੁਣ, ਚੋਰੀ ਇਹ ਨਹੀਂ ਕਰਦੀ, ਉਗਲੀ ਜੀ ਝੂਠ ਇਹ ਨਹੀਂ ਮਾਰਦੀ। ਫਿਰ ਕੀ ਗੱਲ ਹੈ ਹੁਣ, ਤੇਰੀ ਚਾਚੀ ਆ ਕਹਿੰਦੀ ਉਗਲੀ ਜੀ, ਉਹਨੂੰ ਕੀ ਜਵਾਬ ਦੇਵਾਂ ਫਿਰ ਮੈਂ? ਫਿਰ ਮੈਨੂੰ ਬਾਜ ਮਾਰ ਦਿੰਦੀ, ਤੈਨੂੰ ਬਾਜ ਆਟਾ ਗੁੰਨੀ ਜਾਂਦੀ ਸੀ, ਬਿਠਾ ਲੈਂਦੀ ਉਹਨੂੰ, ਆਟਾ ਗੁੰਨੀ ਜਾਂਦੀ ਸੀ ਤੂੰ ਬਿਠਾ ਕੇ, ਫਿਰ ਆਟਾ ਗੁੰਨ ਕੇ ਦੇ ਦਿੰਦੀ, ਮੁਸਕ ਆਉਂਦੀ ਸੀ, ਉਲਟੀ ਆਉਣ ਵਾਲੀ ਹੋ ਗਈ ਉਹਦੀ, ਲੈ ਮਾਂਜਣਾ ਪਊਗਾ ਨਾਲੇ ਫ੍ਰਿਜ ਸਾਫ਼ ਕਰਨਾ ਪਊਗਾ। ਕੋਈ ਨਾ, ਐ ਕੀ ਗੱਲ ਐ, ਮਾਂਜ ਕੇ ਬਰਾ ਫੂਕ ਦੇ ਭਰਦੇ। ਬੇਬੇ ਅੱਜ 5 ਵਜੇ ਲਾਈ ਫਿਰਦੇ, ਅੱਜ ਤਾਂ 5 ਵਜੇ ਐ, ਸਮਝਦੀਆਂ ਨਹੀਂ ਗੱਲ ਨੂੰ, 5 ਵਜੇ ਕਿੱਥੋਂ ਲਾਈ ਫਿਰਦੇ, ਰਾਤ ਵਾਲੀ ਦੀ ਮੁਸਕ ਆਉਂਦੀ ਐ, ਪੀਂਦੀ ਜ਼ਿਆਦੇ ਹੋਣੀ ਆ ਨਾ, ਕੀ ਪਤਾ ਹੁਣ ਜ਼ਿਆਦੇ ਪੀਂਦੇ ਆ। ਅੱਗੇ ਤਾਂ ਇਹਨੂੰ ਕੱਢਣ ਦਾ ਹੀ, ਮੈਨੂੰ ਕਹਿ ਦਿਆ ਕਰ ਬਾਜ ਮਾਰ ਦਿਆ ਕਰ, ਨਹੀਂ ਉਹ ਕੀ ਰੋਜ਼ ਆਉਂਦੀ ਆ ਤੁਹਾਡੇ, ਕੀ ਕੰਮ ਵਧਾ ਤਾ ਤੂੰ ਫੂਕ ਦੇ ਪਰਾਂ। ਅਮਨ ਕੀ ਕਰਦੀ ਪੁੱਤ? ਮੈਂ ਤਾਂ ਰਸੋਈ ਸਾਫ਼ ਕਰਦੀ ਸੀ। ਖਸਮਾਂ ਨੂੰ ਖਾਂਦੀ ਖੜ ਕੇ ਰਸੋਈ ਕੀ ਬਣਿਆ, ਰਸੋਈ ਨੂੰ ਤੂੰ ਚੱਲ ਚੱਲੀ ਆਪਾਂ ਮਾੜਾ ਜਿਹਾ ਮਾਨਸਾ ਜਾਈ, ਨਾਲੇ ਤਾਂ ਸੁਨਿਆਰ ਦਾ ਸਾਫ਼ ਕਰਿਆਵਾਂਗੇ, ਨਾਲੇ ਕੋਈ ਨੀੜਾ ਕੱਪੜਾ ਲਿਆਵਾਂਗੇ। ਨਾ ਬੇਬੇ ਮੈਂ ਤਾਂ ਨਹੀਂ ਜਾ ਜਾਂਦਾ, ਮੇਰਾ ਤਾਂ ਸਰੀਰ ਨਹੀਂ ਸੈੱਟ ਹੈਗਾ। ਬਾਗ ਚੱਲ ਗੱਡੀ 'ਚ ਤਾਂ ਜਾਣਾ। ਲੋ ਹੁਣ ਤਾਂ ਤਿਆਰ ਹੋ ਕੇ ਆਈ ਜਾਂ ਤੂੰ? ਨਾ ਭੈਣੇ ਜੰਮੀ ਨਹੀਂ ਸਰੀਰ ਕੰਮ ਕਰਦਾ ਹੈਗਾ ਮੇਰਾ ਤਾਂ, ਮੈਂ ਤਾਂ ਮਾੜੀ ਜਿਹੀ ਕਾਂਡ 'ਚ ਸਾਫ਼ ਕਰਨ ਲੱਗ ਗਈ। ਬੜਾ ਬੁਰਾ ਹਾਲ ਹੋ ਰਿਹਾ ਆਪਣੇ ਨਾਲ। ਨਾ ਚੱਲ ਤੁਸੀਂ ਜਾਇਓ, ਨਾਲੇ ਘਰ ਸੁਣਾਗਾ ਫਿਰ। ਸੁਣਨਾ ਘਰ ਨੂੰ ਤਾਂ ਕੀ ਹੁੰਦਾ, ਚੱਲ ਜਾਇਓ ਤੁਸੀਂ। ਚੱਲ ਚੰਗਾ ਪੈ ਜੀ, ਪਿਆ ਰਹਿਣ ਦੇ ਕੰਮ ਕੁੰਮ। ਚੰਗਾ ਕੰਮ ਤਾਂ ਕਰੀ, ਮੈਂ ਆਪੇ ਕਰ ਲੂੰ ਸਾਫ਼। ਆਹੋ ਚੰਗਾ ਭੈਣੇ, ਪੈ ਜੀ। ਚੰਗਾ ਵੇ ਆ ਕੀ ਕਰਨ ਲੱਗ ਗਿਆ ਪੁੱਤ,
ਬੇਬੇ ਰੇਤਾ ਆ ਵਾੜ ਦੋ ਮੈਂ ਦੱਬ ਜੂਗਾ ਠੰਡੀ ਬੇ ਅਸੀਂ ਛੇਤੀ ਆਉਣਾ ਹੈ ਹੁਣ ਛਿੱਟੇ ਉੱਤੇ ਪੈਣਗੇ ਹੋਰ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕਿੱਥੇ ਕੰਮ ਕਰਦੇ ਹੋ ਲਾਈਟ ਵਾਗੀ ਪਰ ਰਾਤ ਕੱਟੀ ਹੋਰ ਹਟਦੀ ਨੀ ਹੈਗਾ ਤੂੰ ਵੀ ਲੈ ਆ ਜਾ ਕੇ ਨਾ ਬਹਿ ਜਾ ਕੁੜੇ ਆ ਜਾ ਬਹਿ ਕੇ ਕੱਢ ਲੈ ਕੇ ਨਾ ਗੱਡੀ ਚਰਕ ਦੇਣੀ ਬੇਬੇ ਨੂੰ ਅਮਨ ਤਿਆਰ ਹੋ ਰਹੀ ਸੀ ਬੇ ਅਮਨ ਤਾਂ ਤਿਆਰ ਹੋ ਰਹੀ ਸੀ ਅਮਨ ਕਿੱਥੇ ਆ ਜਾਣ ਵਾਲੀ ਉਹ ਤਾਂ ਫੇਰ ਚੱਕਰ ਜੇ ਲੱਗ ਗਏ ਉਹਨੂੰ ਤਾਂ ਅੱਛਾ ਹੋਰ ਚੱਲ ਹੁਣ ਮੁੜ ਆਵਾਂਗੇ ਦਲਜੀਤ ਨੀ ਦਲਜੀਤ ਵੀਰਪਾਲ ਕੁੜੇ ਕੋਈ ਘਰੇ ਰੜਕਦੀ ਨੀ ਕਿੱਧਰ ਗਈਆਂ ਕੌਣ ਹੈ ਚਾਚੀ ਹੈ ਹਾਏ ਆ ਜਾ ਚਾਚੀ ਕੋਈ ਘਰ ਹੀ ਨਹੀਂ ਬੋਲਦੀ ਨਹੀਂ ਸੁਣੀ ਹੈ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਠੀਕ ਹੈ ਬਸ ਚਾਚੀ ਠੀਕ ਆ ਠੀਕ ਨਹੀਂ ਹੈਗਾ ਸਿਰ ਤਾਂ ਅੱਛਾ ਹੋਰ ਪਤਾ ਨਹੀਂ ਕੀ ਅੱਗ ਲੱਗੀ ਹੈਗੀ ਰੋਟੀ ਰੂਟੀ ਵਧੀਆ ਭੁੱਖ ਲੱਗਦੀ ਹੈ ਨਾ ਕਿਹੜੀ ਭੁੱਖ ਲੱਗਦੀ ਹੈ ਫਿਰ ਜਦੋਂ ਸਿਰ ਦੁੱਖ ਸਾਰਾ ਦਿਨ ਦੁਖਦਾ ਰਹਿੰਦਾ ਧੱਬਾ ਗੋਲੀਆਂ ਦਾ ਖਾਂਦੀ ਹੈਗੀ ਕਿਹੜੀ ਭੁੱਖ ਲੱਗਦੀ ਹੈਗੀ ਤੇ ਉਹ ਕਰਿਆ ਦੇਖੀ ਨੀਂਦ ਜਮੀ ਨਹੀਂ ਆਉਂਦੀ ਨਾ ਚਾਚੀ ਨੀਂਦ ਕਿੱਥੇ ਆਉਂਦੀ ਜਿਵੇਂ ਪੈਨੀ ਆ ਉਵੇਂ ਉੱਠ ਖੜਦੀ ਹੈਗੀ ਲੈ ਦਸ ਮੂਹਰੇ ਹਾੜ ਜੜਦੇ ਦੁਪਹਿਰੇ ਆਉਂਦੇ ਦੁਪਹਿਰੇ ਪੋਹ ਮਾਗਦੀਆਂ ਰਾਤਾਂ ਇੱਕ ਬਰਾਬਰ ਹੁੰਦੀਆਂ ਨੇ ਨਾ ਪੋਹ ਮਾਗਦੀਆਂ ਰਾਤਾਂ ਕੀ ਮੇਰਾ ਸਾਰਾ ਦੁਪਹਿਰਾ ਹੁਣ ਜੇਠ ਅੜਨ ਦਾ ਪੋਹ ਮਾਗਦੀ ਰਾਤਾਂ ਹੀ ਲੰਘ ਜਾਂਦੀਆਂ ਸੀ ਅੱਛਾ ਪੂਰਾ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਬਾਹਲਾ ਬੁਰਾ ਹਾਲ ਹੈ ਮੇਰੇ ਤਾਂ ਸਿਰ ਸਾਰਾ ਦਿਨ ਭਾਰੀ ਭਾਰੀ ਰਹਿੰਦਾ ਭਾਰੀ ਤਾਂ ਰਹਿਣਾ ਜੇ ਇੱਕ ਘੰਟੇ ਦਾ ਗਾ ਬੰਦਾ ਉਹਦਾ ਵੀ ਬੁਰਾ ਹਾਲ ਹੋ ਜਾਂਦਾ ਤੇਰੇ ਫਿਰ ਕੋਈ ਗੱਲ ਕਰ 3 ਸਾਲ ਹੋ ਗਏ ਕੋਈ ਅੱਜ ਦੀ ਨੀ ਕੋਈ ਕੱਲ ਦੀ ਨੀ ਬਿਮਾਰੀ ਆਈ ਜਾਂ ਕੀ ਚਿੰਬੜੀ ਹੋਰ ਥੱਬਾ ਗੋਲੀਆਂ ਦਾ ਗਾ ਮੈਂ ਤੱਕ ਰਹੀ ਆ ਖਾ ਖਾ ਕੇ ਹੋਰ ਹੁਣ ਉਹ ਤਾਂ ਉਹੀ ਗੱਲ ਵੀ ਹੱਡਾਂ ਨੂੰ ਕੋਣਾ ਲਾਉਂਦੇ ਨਾ ਗੁਰਦੇ ਫੇਲ ਹੋ ਜਾਂਦੇ ਜੀ ਦਵਾਈ ਕਰਤਾ ਹੋਰ ਤੂੰ ਦੱਸ ਚਾਚੀ ਕਿਵੇਂ ਆਈ ਸੀ ਮੈਂ ਤਾਂ ਪੁੱਤ ਲੱਸੀ ਲੈਣ ਆਈ ਸੀ ਲੈ ਫੜਾ ਦੇ ਕੇ ਨਹੀਂ ਪਾ ਲਿਆ ਮੈਂ ਪਈ ਆ ਲੱਸੀ ਤਾਂ ਲੈ ਪਾ ਲਿਆ ਹੋਰ ਕਾਜ ਜਾਂ ਮੱਚੀ ਜਾਂਦਾ ਸੀ ਜਮੀ ਲਿਆਉਣੀ ਆਏ ਹਾਏ ਕੁਛ ਜੇ ਮੈਂ ਆਪਦੇ ਆਈ ਦਵਾਈ ਦੇਵਾਂ ਇਹਨੂੰ ਉਹ ਫਾਇਦਾ ਕਰ ਸਕਦੀ ਹੈ ਪੁੱਛਦੀ ਹਾਂ ਮੈਨੂੰ ਜੇ ਮੇਰੀ ਗੱਲ ਮੰਨੀ ਤਾਂ ਮੈਂ ਇਹਨੂੰ ਫੜਾ ਜੂੰ ਹੁਣੀ ਫੜਾ ਜੂੰ ਉਹਨੇ ਤਾਂ ਗਈਆਂ ਗਈਆਂ ਨਾਲੇ ਤਾਂ ਭਲਾ ਹੋ ਜੂ ਨਾਲੇ ਰਾਜੂ ਮੇਰੇ ਸੀਗੇ ਜਮਾਂ ਖਾਵਾਂਗੇ ਪੀਵਾਂਗੇ ਫਿਰ ਐਂ ਤਾਂ ਨਹੀਂ ਕੋਈ ਕਹੂਗਾ ਵੀ ਉਹ ਇਕੱਲੀ ਪੀਂਦੀ ਹੈ ਨਾਲੇ ਤਾਂ ਭਲਾ ਹੋ ਜੂ ਨਾਲੇ ਤਾਂ ਭਲਾ ਹੋ ਜੂਗਾ ਚੱਲ ਆਰਾਮ ਆ ਜੂਗਾ ਦੇਖ ਰਹੀ ਹਾਂ ਕੁਛ ਨਹੀਂ ਹੈ ਆ ਲੈ ਚਾਚੀ ਲੱਸੀ ਲਿਆ ਪੁੱਤ ਹੈ ਧੀਏ ਇੱਕ ਤੈਨੂੰ ਮੈਂ ਗੱਲ ਕਹੀ ਤੂੰ ਮੰਨੇਗੀ ਮੇਰੀ ਦੱਸ ਚਾਚੀ ਤੇਰੇ ਸਿਰ ਦੇ ਫਾਇਦੇ ਵਾਲੀ ਹੈ ਅੱਛਾ ਕੋਈ ਫਾਇਦੇ ਵਾਲੀ ਨਹੀਂ ਜੇ ਤੂੰ ਮੰਨੇਗੀ ਨਾ ਚਾਚੀ ਮੰਨੂਗੀ ਮੈਂ ਤਾਂ ਗੋਲੀਆਂ ਲੈ ਲੈ ਕੇ ਅੱਕ ਰਹੀ ਹਾਂ ਗੋਲੀਆਂ ਤਾਂ ਤੇਰੇ ਗੁਰਦੇ ਕੰਮ ਛੱਡ ਜਾਣਗੇ ਧੀਏ ਤੈਨੂੰ ਮੈਂ ਦੱਸਾਂ ਮੈਂ ਤਾਂ ਹੱਡ ਬੀਤੀਆਂ ਦੱਸਦੀ ਤੈਨੂੰ ਜੱਗ ਬੀਤੀਆਂ ਨਹੀਂ ਦੱਸਦੀ ਦਵਾਈ ਤਾਂ ਆਏਗੀ ਮੇਰੇ ਕੋਲ ਜ਼ਰੂਰ ਪਈ ਪਰ ਹੈਗੀ ਭਾਈ ਕੌੜੀ ਕੌੜੀ ਕਸਾਈ ਕਰਕੇ ਸਿੱਟ ਕੇ ਦੇਖ ਤੈਨੂੰ ਨੀਂਦ ਆ ਗਈ ਆ ਗਿਆ ਆਰਾਮ ਤਾਂ ਉਹ ਦਵਾਈ ਵਰਤ ਲਿਆ ਕਰੀ ਨਾ ਆਰਾਮ ਆਇਆ ਬਸ ਫਿਰ ਤੈਨੂੰ ਕੌੜੀਆਂ ਚਾਚੀ ਜੀ ਮੈਂ ਤਾਂ ਗੋਲੀਆਂ ਖਾ ਲਈਆਂ ਅੱਛਾ ਵੀ ਲੈ ਕੇ ਦੇਖ ਲੈਂਦੀ ਫਿਰ ਤੂੰ ਐਂ ਕਰ ਮੇਰੇ ਕਹੇ ਤੋਂ ਤੈਨੂੰ ਮੈਂ ਦਵਾਈ ਫੜਾ ਕੇ ਜਾਂਦੀ ਤੂੰ ਉਹ ਪੀ ਕੇ ਦੇਖ ਪੀਣ 'ਚ ਕੌੜੀ ਥੋੜ੍ਹਾ ਜਿਹਾ ਪਾਣੀ ਪਾ ਲਿਆ ਕਰੀ ਵਿੱਚ ਮੈਂ ਵੀ ਇਹੀ ਦਵਾਈ ਲੈਂਦੀ ਹਾਂ ਤੀਏ ਸਭ ਦਿਨ ਟੈਨਸ਼ਨਾਂ ਤਾਂ ਤੈਨੂੰ ਪਤਾ ਦਿਮਾਗ ਤੋਂ ਨਹੀਂ ਜਾਂਦੀ ਹੋਰ ਚਾਚੀ ਦਵਾਈ ਤੈਨੂੰ ਐਂ ਦੇਊਂਗੀ ਇੱਕ ਟੂਣੇ ਵਾਲੀ ਗੱਲ ਹੈਗੀ ਜੇ ਤਾਂ ਹੁਣ ਸਾਰਿਆਂ ਨੂੰ ਕਹੇਗੀ ਆਹ ਬੇਬੇ ਦਵਾਈ ਦੇਖੇਗੀ ਚਾਚੀ ਮੈਨੂੰ ਆਹ ਦਵਾਈ ਦੇਖੇਗੀ ਆਹ ਦੇਖੇਗੀ ਹੈ ਫਿਰ ਤਾਂ ਨਹੀਂ ਹੁੰਦਾ ਫਾਇਦਾ ਇਹ ਤਾਂ ਬਸ ਸੌਣ ਕਸਾਉਣ ਵਿਚਾਰ ਨੂੰ ਚੁੱਪ ਕਰਕੇ ਆਥਣੇ ਪੀ ਲਈ ਚਾਹੇ ਭਾਈ ਦਿਨੇ ਦੁਪਹਿਰੇ
ਜਦੋਂ ਤੈਨੂੰ ਨੀਂਦ ਦਾ ਇਹ ਮੈਨੂੰ ਨੀਂਦ ਆਊਗੀ ਵੀ ਹੁਣ ਵਿਹਲੀ ਹੋ ਗਈ ਫਰੀ ਹੋ ਗਈ ਉਹਦੇ ਪੀ ਲਿਆ ਕਰ ਦੁਪਹਿਰੇ ਚੱਲ ਚਾਚੀ ਫਿਰ ਮੈਂ ਰਾਤ ਨੂੰ ਪੀ ਲਿਆ ਕਰੂੰ ਜਦੋਂ ਸਾਰੇ ਸੌਂ ਜਾ ਕਰਨਗੇ ਹਾਂ ਦੱਸੀ ਨਾ ਕਿਸੇ ਕੋਲ ਜਮਾ ਨਾ ਦੱਸ ਦਵਾਈ ਤਾਂ ਨਹੀਂ ਮੈਂ ਦੇ ਜਾਂਦੀ ਹੈ ਬਸ ਮੇਰਾ ਸਿਰ ਹਟਣਾ ਚਾਹੀਦਾ ਚਾਚੀ ਮੈਂ ਤਾਂ ਤੁਹਾਡੇ ਪੈਰ ਧੋ ਧੋ ਪੀਊਂਗੀ ਬਸ ਤੇਰਾ ਰੋਗ ਟੁੱਟ ਜੂ ਮੇਰੀ ਗਰੰਟੀ ਅੱਗੇ ਭਾਈ ਤੇਰੀ ਕਿਸਮਤ ਹੈ 3 ਸਾਲ ਹੋ ਗਏ ਫਿਰਦੀ ਨੂੰ ਪਹੁੰਚਦੀ ਨੂੰ ਡਾਕਟਰਾਂ ਕੋਲੇ ਫੇਰ ਬਾਹ ਨਹੀਂ ਤੇਰੇ ਅੱਜ ਉਹੀ ਗੱਲ ਚੱਲ ਮੌਕੇ ਨਾਲ ਮੌਕਾ ਮਿਲ ਗਿਆ ਉਹ ਘਰੇ ਨਹੀਂ ਸੀ ਚੱਲ ਪਰਮਾਤਮਾ ਹੀ ਮੇਲ ਮਿਲਿਆਉਂਦਾ ਤੇਰੇ ਰੋਗ ਟੁੱਟਣ ਦੇ ਫਾਇਦੇ ਹੋ ਗਏ ਦੇਸੀ ਹੈ ਦਵਾਈ ਚਾਚੀ ਪੁੱਤ ਦੇਸੀ ਹੋਵੇ ਪਰਦੇਸੀ ਹੋਵੇ ਕੋਈ ਹੋਵੇ ਤੇਰਾ ਮਸਲਾ ਹੱਲ ਹੋ ਜੂਗਾ ਮਹਿੰਗੀ ਮਹਿੰਗੀ ਕਿੰਨੀ ਕੁ ਮਹਿੰਗੀ ਹੋਵੇ ਸਸਤੀ ਹੋਵੇ ਤੂੰ ਮੇਰੀ ਧੀ ਆ ਹੈਂ ਮੈਂ ਤਾਂ ਇੱਕ 5 ਰੁਪਈਏ ਵੀ ਨਹੀਂ ਲੈਂਦੀ ਜੇ ਤੂੰ ਕਹੀਂ ਵੀ 5 ਰੁਪਈਏ ਲੈ ਲਈ ਮੈਂ ਤਾਂ ਤੈਥੋਂ 5 ਰੁਪਈਏ ਵੀ ਨਹੀਂ ਲੈਂਦੀ ਹੋਰ ਬੋਲ ਚੱਲ ਚਾਚੀ ਫਿਰ ਮੈਨੂੰ ਹੁਣੇ ਦੇ ਜਾਂਦਾ ਹਾਂ ਦੇ ਜਾਂਦੀ ਮੈਂ ਫੜਾ ਜਾਂਦੀ ਹੁਣੇ 5 ਮਿੰਟਾਂ 'ਚ ਜਾਂ ਧਰ ਕੇ ਕਿੰਨੀ ਲੱਸੀ ਵਾਲੀ ਫਰਿੱਜ 'ਚ ਮੈਂ ਲਾਇਓ ਨਹੀਂ ਹੈ ਫਿਰ ਪੀ ਲੂੰਗੀ ਜਾ ਕੇ ਤੂੰ ਮਗਰੋਂ ਦਵਾਈ ਦੇ ਕੇ ਜਾਂ ਤੂੰ ਪਏ ਜਾਓ ਹੁਣੇ ਦੇ ਜਾਂਦੀ ਫਿਰ ਆ ਨਾ ਜਾਣ ਹੋ ਛੇਤੀ ਦੇ ਜਾ ਨੀਂਦ ਆ ਜੂ ਤੈਨੂੰ ਪਰ ਉਹਨਾਂ ਕੋਲ ਦੱਸੀ ਨਾ ਨਾ ਮੈਂ ਦੱਸ ਰੱਖੀ ਲੁਕੋ ਕੇ ਬਸ ਠੀਕ ਹੈ ਠੀਕ ਹੈ ਚੰਗਾ ਪੁੱਤ ਚੰਗਾ ਜੀ ਇਹੋ ਜਿਹੀ ਕਿਹੜੀ ਦਵਾਈ ਹੋਈ ਚਾਚੀ ਕੋਲੇ ਜਿਹੜੀ ਮੈਨੂੰ ਠੀਕ ਕਰ ਦੂਗੀ ਮੈਨੂੰ ਤਾਂ 3 ਸਾਲ ਹੋ ਗਏ ਕੋਈ ਡਾਕਟਰ ਨੇ ਛੱਡਿਆ ਭੌਂਕਦੀ ਨੂੰ ਚੱਲ ਦੇਖਦੀ ਹਾਂ ਲੈ ਕੇ ਕਿ ਤਾਂ ਠੀਕ ਹੀ ਹੋ ਜਾਂ ਮੈਂ ਤਾਂ ਗੁਣ ਨਾ ਭੁੱਲਾਂ ਸਾਰੀ ਉਮਰ ਇਹਦੇ ਪੈਰ ਧੋ ਧੋ ਪੀਵਾਂ ਚੱਲ ਪੈਂਦੀ ਹਾਂ 10 ਮਿੰਟ ਇਹ ਮੇਰਾ ਤਾਂ 1 ਦਿਨ ਲੰਘਦਾ ਹੁਣ ਦੇਖਿਆ ਨਾ ਪਿਆ ਹੀ ਤਾਂ ਮੈਂ ਜ਼ਰੂਰ ਜਾਂਦੀ ਹਾਂ ਮੇਰਾ 1 ਦਿਨ ਲੰਘਦਾ ਚੱਲ ਕੋਈ ਨਹੀਂ ਪਰ ਮੇਰੇ ਸੀਗੇ ਧਰ ਲਓ ਹੈਂ ਸਾਂਝੀ ਰਿਹਾ ਕਰਾਂਗੇ ਹੁਣ ਮੇਰੇ ਬਰਾਬਰ ਪੀਊ ਖਾਊਗੀ ਤਾਂ ਹੈਗੀ ਜਦੋਂ ਤਾਂ 13 ਹਲਕ ਥਾਈ ਨਹੀਂ ਲੰਘ ਜਾਏ ਫੇਰ ਨਹੀਂ ਖੜਾ ਛੱਡਦੀ ਹੁੰਦੀ ਆਪਾਂ ਕਹਿੰਦੇ ਫਲਾਨਾ ਬੰਦਾ ਪੀਂਦਾ ਫਲਾਨਾ ਬੰਦਾ ਪੀਂਦਾ ਉਹ ਬੰਦਿਆਂ ਨੂੰ ਕੀ ਦੋਸ਼ ਹੈ ਹੁਣ ਆਪ ਤੋਂ ਨਹੀਂ ਹਟਿਆ ਜਾਂਦਾ ਪਿਆਵਾਂ ਉਹਨੂੰ ਵੀ ਲਿਜਾ ਕੇ ਚਾਚੀ ਆ ਵੀ ਗਈ ਤੂੰ ਕੁੜੇ ਹੋਰ ਪੁੱਤ ਫਿਰ ਕੋਈ ਆ ਜੂਗਾ ਅੱਛਾ ਅੱਜ ਮੇਰਾ ਵੀ ਪੈਰ ਦੁਖਦਾ ਗੜਨਾ ਆਏ ਹਾਏ ਉੱਥੇ ਬੀਮਾ ਇਸ ਨੇ ਮਾੜਾ ਜਿਹਾ ਪੈਰ ਧਰਤਾ ਸੀ ਇਹ ਲੈ ਇਹਨੂੰ ਤੂੰ 3 ਦਿਨਾਂ 'ਚ ਪੀ ਠੀਕ ਹੈ ਚਾਚੀ ਪੈਣ ਲੱਗੀ ਪੀ ਕੇ ਲੈਚੀ ਪਾ ਲਈ ਮਗਰੋਂ ਮੂੰਹ 'ਚ ਅੱਛਾ ਹਾਂ ਇਹ ਆਏ ਆ ਵੀ ਕੇਰਾ ਮੂੰਹ ਕੌੜਾ ਕਰੂਗੀ ਫਿਰ ਤੈਨੂੰ ਆਦਤ ਬਣ ਜੂ ਠੀਕ ਹੈ ਇਹ ਦਵਾਈ ਤੈਨੂੰ ਮੈਂ ਫਿਰ ਲਿਆ ਕੇ ਦੇ ਦੂੰ ਹੋਰ ਵਾਧੂ ਚੰਗਾ ਚਾਚੀ ਧੰਨਵਾਦ ਤੇਰਾ ਬਹੁਤ ਬਹੁਤ ਚੰਗਾ ਚਾਚੀ ਧੰਨਵਾਦ ਬਹੁਤ ਬਹੁਤ ਤੇ ਬਸ ਮੇਰਾ ਸਿਰ ਹਟ ਜੇ ਗੱਲ ਸੁਣਦੀ ਨੇ ਨਾ ਕਰਕੇ ਬਾਈ ਜੀ ਵੀ ਹੁਣੀ ਮੈਂ ਪੀ ਕੇ ਪੈ ਜਾ ਫਿਰ ਤੈਨੂੰ ਇਹੋ ਜਿਹੀ ਨੀਂਦ ਆਊਗੀ ਉੱਠਿਆ ਨਹੀਂ ਜਾਣਾ ਅੱਛਾ ਉਹ ਕਹਿਣਗੇ ਹਾਂ ਉਹ ਕਹਿਣਗੇ ਆਹ ਕੀ ਗੱਲ ਹੋ ਗਈ
ਕੋ ਤੇ ਸਾਹਮਣੇ ਨਾ ਤਰੀ ਇਹ ਤਾਂ ਟੂਣਾ ਹੀ ਮੰਗੂ ਟੂਣਾ ਹੀ ਹੈ ਠੀਕ ਬਸ ਹਾਂ ਠੀਕ ਹੈ ਠੀਕ ਹੈ ਬੇਟਾ ਠੀਕ ਹੈ ਚੰਗਾ ਬੇਟਾ ਮੈਂ ਜਾਂਦੀ ਹਾਂ ਚੰਗਾ ਲੈ ਰਾਤ ਕਦੋਂ ਆਈ ਹੁਣੇ ਦੇਖਾਂ ਪੀ ਕੇ ਮੇਰਾ ਤਾਂ ਇੰਨਾ ਬੁਰਾ ਹਾਲ ਹੈਗਾ ਪੀ ਕੇ ਦੇਖਦੇ ਕਿ ਤਾਂ ਹੁਣੇ ਅਸਰ ਕਰਦੇ ਰਾਤ ਤੱਕ ਕਿੱਥੇ ਡੀਕਾਂ ਮੈਂ ਲਿਆਉਂਦੀ ਹਾਂ ਗਲਾਸ ਬਾਸ਼ਨਾ ਤਾਂ ਜਾਣੀ ਪਹਿਚਾਣੀ ਹੀ ਲੱਗਦੀ ਹੈ ਚੱਲ ਦੇਖਦੇ ਹਾਂ ਚਾਚੀ ਦਾ ਤਜਰਬਾ ਅੱਧਾ ਗਲਾਸ ਮਾਰਦੀ ਹਾਂ ਅੱਜ ਹੀ ਹਟ ਜਾਏ ਇੰਨਾ ਕੌੜਾ
ਲੀਚੀ ਦੇਖਾਂ ਕਿੱਥੇ ਚਾਚੀ ਕਹਿੰਦੀ ਸੀ ਲੀਚੀ ਪਾ ਲਈ ਮੂੰਹ ਚ ਹੈ ਅੱਗ ਲੱਗੀ ਪਈ ਆ ਦੇਖ ਲੈ ਕਿੰਨਾ ਮਹਿੰਗਾ ਸਿਮਨਾ ਸਮਾਨ ਖਾਂਦਾ ਚੱਲ ਪਰਾਂ ਹੋ ਗਿਆ ਹਿਸਾਬ ਕਿਤਾਬ ਬੱਚੀ ਨੂੰ ਕਹਿੰਦੀ ਸਮਾਨ ਚੱਕ ਲਿਆ ਕਹਿਤਾ ਬੇਬੇ ਚੱਕ ਲਿਆਊ ਆਪੇ ਚੱਲ ਚੱਕ ਲਿਆਊ ਹੋ ਹੋ ਗਰਮੀ ਵਾਲੀ ਪੈਂਦੀ ਇੱਕ ਤਾਂ ਗਰਮੀ ਵਰ ਗਈ ਹੋਰ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਨਾ ਪੁੱਤ ਕਿੱਥੇ ਮਸਾਂ ਨੀ ਲਾਈ ਬੇਬੇ ਆਪਾਂ 2 ਵਜੇ ਆ ਗਏ ਸੀਗੇ ਮੈਂ ਖੇਤ ਵੀ ਜਾਇਆ 6 ਵਜ ਗਏ ਅੱਜ ਕਿਹੜੇ ਕੰਮ ਕਰ ਲੈਣੀ ਸੁੱਤੀ ਪਈ ਆ ਉਹ ਹੋਰ ਅੱਜ ਤਾਂ ਬਾਲੀਏ ਨੀਂਦ ਤੇ ਬੂੜੀ ਚ ਸੁੱਤੀ ਪਈ ਆ ਦੇਖੀ ਨੀ ਠਾੜੂ ਕੇ ਦੇਖੀ ਤੀ ਥਾ ਕਿਤੇ ਦੇਖੀ ਤੀ ਖਾਈ ਸੀ ਉੱਠੇ ਨਹੀਂ ਉੱਠੀ ਨਹੀਂ ਹੈਗੀ ਕਮਾਲ ਦੀ ਗੱਲ ਆ ਮੈਨੂੰ ਐ ਲੱਗਦਾ ਪੁੱਤ ਇਹਨੂੰ ਬਾੜੇ ਦਿਨ ਹੋਵੇ ਨੀਂਦ ਨਹੀਂ ਆਈ ਆਪਣੀ ਪੁੱਛੋ ਵਾਲੀ ਦਵਾਈ ਅੱਜ ਕੰਮ ਕਰਦੀ ਇਹਨੂੰ ਦਵਾਈ ਫਿਰ ਹੌਲੀ ਹੌਲੀ ਹਾਂ ਦਵਾਈ ਫਿਰ ਹੌਲੀ ਹੌਲੀ ਅਸਰ ਕੀਤਾ ਦਵਾਈ ਨੇ ਚੱਲ ਲੋਟ ਆ ਸੁੱਤੀ ਰਹਿਣ ਦੇ ਕਰਤਾ ਕੀ ਅਸਰ ਦਵਾਈ ਹਾਂ ਜੇ ਉਹਨੂੰ ਨੀਂਦ ਆਊਗੀ ਟਾਈਮ ਨਾਲ ਪਊਗੀ ਤੇ ਟਾਈਮ ਨਾਲ ਉੱਠੂਗੀ ਹਾਂ ਫੇਰ ਹੀ ਕੰਮ ਕਰੂਗੀ ਹੋਰ ਚਲ ਸ਼ੁਕਰ ਆ ਸਾਲ ਹੋ ਗਏ ਤੇ ਵਦੀਨ ਹੁੰਦਿਆਂ ਨੂੰ ਹੋਰ ਹਣ ਚੱਲ ਦਵਾਈ ਲੱਗ ਗਈ ਜਦੋਂ ਰਾਮ ਨੂੰ ਕਹਿੰਦੇ ਸਵਾਰੀ ਚੁੰਡੀ ਤੋਂ ਰਾਮ ਆ ਜਾਂਦਾ ਲੈ ਦਿੱਲੀ ਰੱਖਣ ਤੱਕ ਘੁੰਮਿਆ ਆਪਾਂ ਤਾਂ ਸੱਚੀ ਗੱਲ ਹੈ ਬੱਤਾ ਹੁਣ ਠਾ ਦੀ ਉਹਨੂੰ ਨਾਲੇ ਮੈਨੂੰ ਬਾਲਟੀ ਦੇ ਮਤਾ ਰਗੜ ਲਿਆਵਾਂ ਸੁੱਤੀ ਰਹਿਣ ਦੇ ਜੇ ਕੁਝ ਸੁੱਤੀ ਕੋ ਰਾਤ ਨੂੰ ਫਿਰ ਮੋਬਾਈਲ ਚੜੂੰਗਾ ਜਾਂ ਮਰ ਜਾਊਗੀ ਸਹੀ ਗੱਲ ਹੈ ਬਾਲਟੀ ਫਿਰ ਚੱਲ ਕੱਟ ਲਿਆ ਪੁੱਤ ਤਾਰ ਫਿਰ ਲਿਆਉਣਾ ਕੱਢ ਕੇ ਕੁੜੇ ਅਮਨ ਨਹਾਉਣ ਲੱਗ ਗਈ ਨਾ ਬੇਬੇ ਤਾਂ ਉੱਠੀ ਹੋ ਨੀ ਬੂ ਨੀ ਕੱਲ ਦੀ ਪਈ ਨੀ ਉੱਠੀ ਹਜੇ ਹੋਰ ਮੈਂ 28 ਸੀ ਕਿਰਾ 6 ਵਜੇ ਉੱਠੀ ਨੀ ਮੈਂ ਚਲ ਪਈ ਰਹਿਣ ਦੇ ਵਿੱਚ ਨਾ ਪੁੱਤ ਠਾਲ ਉਹਨੂੰ ਹੈ ਕਮਲੀ ਮੈਂ ਤਾਂ ਬਾਕੀ ਗੁਰਦੁਆਰੇ ਤੁਸੀਂ ਕਮਾਲ ਹੀ ਕਰਤੀ ਮੈਂ ਚਲ ਪਈ ਰਹਿਣ ਦੇ ਮੈਨੂੰ ਮਸਾਂ ਨਹੀਂ ਆਇਆ ਬਾਉਣੀ ਬੇੜਾ ਕਿਹੜਾ ਆ ਗਿਆ ਪਈ ਰਹਿਣ ਵਾਲੀ ਕਿਹੜੀ ਗੱਲ ਹੈ ਠਾਲ ਉਹਨੂੰ ਮੈਂ ਕਹ ਕਹੂਗੀ ਖਬ ਨਹੀਂ ਸਰੀਕਾ ਕਰਦੀ ਨਹੀਂ ਨਹੀਂ ਸਰੀਕੇ ਵਾਲੀ ਕੀ ਗੱਲ ਹੈ ਇਹ ਹੋਰ ਧੋਕੇ ਭਾਂਡੇ ਠਾਲ ਉਹਨੂੰ ਬਸ ਮੈਂ ਭਾਂਡੇ ਮਾਂਜਦਾ ਚਾਰ ਕੇ ਫੇਰ ਠਾਉਣੀ ਹੈ ਉਵੇਂ ਪਰ ਗੱਲ ਤਾਂ ਹੈਗੀ ਦਵਾਈ ਕੰਮ ਕਰ ਗਈ ਦਵਾਈ ਕੰਮ ਹਾਂ ਤਾਂ ਹੀ ਸਾਰੇ ਕਹਿੰਦੇ ਸੀ ਡਾਕਟਰ ਬਹੁਤ ਸਿਆਣਾ ਹੈ ਡਾਕਟਰ ਤਾਂ ਬਥੇਰਾ ਸਿਆਣਾ ਦਵਾਈ ਨੇ ਕੰਮੇ ਨਹੀਂ ਕਰਿਆ ਤੀ ਉਹ ਪੈਸੇ ਤਾਂ ਲੈਤੇ ਆ ਤਕੜੇ ਖਸਮਾਂ ਨੂੰ ਖਾਂਦੇ ਪੈਸੇ ਹੋਰ ਚਲ ਆਰਾਮ ਆ ਗਿਆ ਪਹਿਲਾਂ ਬਥੇਰੇ ਪੈਸੇ ਲੈ 3 ਸਾਲ ਹੋ ਗਏ ਤੇ ਧੱਕੇ ਖਾਂਦਿਆਂ ਨੂੰ ਹਾਂ ਠੀਕ ਹੋ ਗਈ ਹੁਣ ਉਹ ਮੁੰਡੇ ਨੂੰ ਕਹਿਣ ਜੋਗੇ ਵੀ ਰਹਿ ਜਾਾਂਗੇ ਨਹੀਂ ਐ ਕਹੂਗਾ
ਵੀ ਮੇਰੀ ਮਾਂ ਹੋਰਾਂ ਨੇ ਪਤਾ ਨੀ ਇਹਦਾ ਇਲਾਜ ਨੀ ਕਰਾਇਆ, ਇਲਾਜ ਨੀ ਕਰਾਇਆ, ਕਮਾ ਕਮਾ ਭੇਜੀ ਜਾਣਾ ਵੀ ਗੌਰ ਨੀ ਕਰੀ ਨਾ, ਪੁੱਤ ਠੀਕ ਹੋ ਗਈ ਹੋਰ ਦੱਸ ਚਾਚੀ ਵਾਲੀ ਦਵਾਈ ਤਾਂ ਬੜੀ ਵਧੀਆ ਸੀ, ਨੀਂਦ ਬੜੀ ਆਈ। ਚੱਲ ਦੇਖਦੀ ਹਾਂ ਬੇਬੇ ਕੋਲ ਜਾ ਕੇ। ਬੇਬੇ ਤੁਸੀਂ ਕਦੋਂ ਆ ਗਏ? ਕਦੋਂ ਆ ਗਏ? ਅਸੀਂ ਕਿੱਥੇ ਗਏ ਆ? ਤੁਸੀਂ ਗਏ ਨਹੀਂ ਸੁਨਿਆਰ ਦਾ ਸਾਹਿਬ ਕਰਨ ਬਾਜ਼ਾਰ? ਬੋਨੀ ਤੂੰ ਠਾਲ ਕੇ ਆਈ ਇਹਨੂੰ? ਨਾ ਮੈਂ ਤਾਂ ਹੁਣ ਆਈ ਸੀ ਭਾਂਡੇ ਮਾਂਜ ਕੇ, ਇਹਨੂੰ ਠਾਉਂਦੀ ਸੀ ਆਪ ਹੀ ਉੱਠ ਕੇ ਆ ਗਈ। ਚਲ ਹੁਣ ਤੈਨੂੰ ਜਾਗ ਆ ਗਈ? ਕੱਲ ਦੇ ਦਿਨ ਚੀ ਤੁਰੀ ਫਿਰਦੀ ਆ? ਮੈਂ ਕੱਲ ਦੀ ਸੁੱਤੀ ਪਈ ਆ। ਹੋਰ ਕੱਲ ਦੀ ਤਾਂ ਸੁੱਤੀ ਪਈ ਆ, ਇੰਨਾ ਠਾਇਆ ਤੂੰ ਉੱਠੀ ਨੀ? ਨਹੀਂ ਜਾ ਵੱਡੀ ਜੀ, ਪਹਿਲਾਂ ਤਾਂ ਤੈਨੂੰ ਨੀਂਦ ਨੀ ਆਉਂਦੀ ਸੀ, ਜੇ ਤੂੰ ਸੁੱਤੀ ਆ ਤਾਂ ਉੱਠੀ ਨੀ ਕੱਲ ਦੀ। ਮੈਂ ਤਾਂ ਆਪ ਹੈਰਾਨ ਆ, ਮੈਂ ਤਾਂ ਗੁਰਦੁਆਰੇ ਗਈ ਹੋਈ ਸੀ, 8 ਵਜੇ ਮੈਂ ਉੱਥੇ ਤੇਰੇ ਤਾਈ ਹੋਰਾਂ ਕੋਲ ਖੜ ਗਈ। ਮੈਂ ਇਹਨੂੰ ਕਿਹਾ ਮਹਾਂ ਭਾਂਡੇ ਮਾਂਜੀ ਜਾਂਦੀ ਸੀ ਚਾਹੜੇ, ਮਾਂ ਕੁੜੇ ਨਾ ਹੀ ਜਾਂਦੀ ਆ ਬਣਾ, ਕਹਿੰਦੀ ਨਾ ਉਹ ਤਾਂ ਉੱਠੀ ਨੀ। ਨੀ ਜਾ ਵੱਡੀ ਜੀ, ਮੈਂ ਕਿਹਾ ਹਜੇ ਤੱਕ ਉੱਠੀ ਨੀ, ਮੈਂ ਇਹਨੂੰ ਕਿਹਾ ਜਾ ਠਾਲ ਕੇ ਆ, ਹੁਣ ਤੈਨੂੰ ਜਾਗ ਆਪੇ ਆ ਗਈ। ਮੈਨੂੰ ਤਾਂ ਇਹ ਹੋ ਗਿਆ ਬੇਬੇ, ਆਥਣ ਹੋ ਗਿਆ, ਮੈਂ ਉੱਠ ਖੜੀ। ਜਾ ਵੱਡੀ ਜੀ, ਹੈ ਕੁੜੇ ਤੂੰ ਤਾਂ ਕਹਿੰਦੀ ਮੈਨੂੰ ਨੀਂਦ ਨੀ ਆਉਂਦੀ, ਕੱਲ ਦੀ ਸੁੱਤੀ ਤੂੰ ਹੁਣ ਉੱਠੀ ਨੀ ਹੈਗੀ, ਹੁਣ ਕਿਵੇਂ ਨੀਂਦ? ਹਾਂ ਤੂੰ ਮੈਨੂੰ ਐਂ ਦੱਸ ਵੀ ਦਵਾਈ ਪੁੱਛੋ ਵਾਲੀਏ ਲਈ ਹੈ ਕਿ ਤੂੰ ਹੋਰ ਲੈ ਲਈ ਕੋਈ? ਐਂ ਕੀ ਸੋਚਣ ਲੱਗ ਗਈ ਕੁੜੇ? ਨਾ ਨਾ ਬੇਬੇ, ਉਹੀ ਲੈਤੀ ਦਵਾਈ, ਸੋਚੀ ਤਾਂ ਕੁਛ ਨਹੀਂ। ਅੱਗੇ ਵੀ ਉਹੀ ਰਹਿੰਦੀ ਸੀ? ਹਾਂ ਮੈਂ ਤਾਂ ਆਪ ਹੈਰਾਨ ਆ। ਨੀ ਸ਼ੁਕਰ ਹੈ, ਮੈਂ ਤਾਂ ਮਸਾਂ ਦਿਨ ਲਏ ਨੇ ਸੁੱਖਾਂ ਸੁੱਖ ਕੇ, ਮੈਨੂੰ ਤਾਂ ਇਹ ਹੋ ਗਿਆ ਸੀ, ਮੈਂ ਕਿਹਾ ਹੁਣ ਤਾਂ ਇਹਦਾ ਦਿਮਾਗ ਖੱਲੂ ਆ। ਹੋਰ ਬੇਬੇ ਫਿਰ ਦੱਸ ਸੁਰ ਕਿਧਰੀ ਗਿਆ, ਜਮਾਂ ਨੀ ਕੁਛ ਦੁਖਦਾ? ਨੀ ਮੈਂ ਮਰ ਜਾ, ਸ਼ੁਕਰ ਹੈ, ਸ਼ੁਕਰ ਹੈ ਪਰਮਾਤਮਾ ਦੇ ਘਰੋਂ ਠੀਕ ਹੋ ਗਈ। ਹੋਰ ਹਾਏ ਹਾਏ, ਤੈਨੂੰ ਮੇਰਾ ਸਾਰਾ ਦਿਨ ਸਿਰ ਬੰਨੀ ਰੱਖਦੀ ਸੀ ਪੁੱਤ, ਸਿਰ ਵੀ ਤਾਂ ਹੀ ਬੰਨੀ ਰੱਖਦੀ ਸੀ ਜਦੋਂ ਨੀਂਦ ਨੀ ਆਉਂਦੀ ਸੀ, ਹੁਣ ਨੀਂਦ ਪੂਰੀ ਹੋ ਗਈ। ਹਾਂ ਹੁਣ ਸਿਰ ਕਿਉਂ ਦੁਖੂਗਾ, ਹੁਣ ਰਲ ਮਿਲ ਕੇ ਕੰਮ ਕਰ ਲਿਆ ਕਰੋ ਦੋਏ ਭੈਣਾਂ। ਮੈਨੂੰ ਤਾਂ ਲੱਗਦਾ ਵੀ ਸਦੀਆਂ ਤੂੰ ਨੀ ਸੁੱਤੀ ਸੀ, ਮੈਂ ਤਾਂ ਹਾਏ ਹਾਏ ਹੋਰ ਇੰਨੀ ਗੂੜੀ ਨੀਂਦ ਆਈ, ਹੁਣ ਤੂੰ ਬੈਠਿਆ ਕਰ, ਹੁਣ ਸਾਰਾ ਕੰਮ ਆਪ ਹੀ ਕਰਿਆ ਕਰੂ, ਨਹੀਂ ਜਿੰਨਾ ਕਿ ਤੈਥੋਂ ਹੁੰਦਾ ਹੁਣ ਓਨਾ ਕਰਿਆ ਕਰ, ਮੈਂ ਬਾਕੀ ਆਪ ਹੀ ਕਰਿਆ ਕਰੂ ਸਾਰਾ। ਨਾ ਕੋਈ ਨਾ, ਤਾਂ ਬਥੇਰਾ ਕਰ, ਘੱਟਾ ਟੋਇਆ ਗਾ। ਚੱਲ ਪੁੱਤ ਹੁਣ ਤੂੰ ਠੀਕ ਹੈ ਨਾ? ਮੈਂ ਤਾਂ ਜਮਾਂ ਠੀਕ ਹਾਂ। ਫੇਰ ਅਸੀਂ ਦੋਏ ਜਾਣੀਆਂ ਵਗ ਜੀਏ ਵਾੜੇ? ਹਾਂ ਹਾਂ ਵਗ ਜਾਓ ਬੇਬੇ, ਗੋਹਾ ਪੱਥਿਆ ਮਾਰ, ਪੱਥਿਓ। ਤੂੰ ਮੇਰੀ ਗੱਲ ਸੁਣ, ਰਸੋਈ ਚ ਕੱਲਾ ਝਾੜੂ ਪੋਚਾ ਜਾ ਰਹਿੰਦਾ, ਕਰ ਦੇਂਗੀ ਫਿਰ ਉਹ ਕਰਕੇ ਨਾ ਲੀ ਲੋ। ਮੈਂ ਸਾਰਾ ਕੰਮ ਨਮੇੜ ਕੇ ਨਾ, ਨਹੀਂ ਸਾਰਾ ਤਾਂ ਕਰਿਆ ਪਿਆ, ਪੋਚਾ ਨਾ ਪੋਚੀ ਰਹਿੰਦਾ, ਆਪੇ ਲਾ ਦੂੰ ਮੈਂ, ਜਾਓ ਤੁਸੀਂ ਬੇਫਿਕਰ ਹੋ ਕੇ। ਚੰਗਾ ਚੰਗਾ, ਨਾ ਲੀ ਨਾ ਲੀ, ਚੰਗਾ ਨਾ, ਕੋਈ ਨਾ ਜਾ ਆਓ, ਚੱਲ ਆ ਜਾ ਪੁੱਤ। ਹਾਂ ਉੱਥੇ ਪੈ ਜੀ ਬੇਬੇ, ਹੁਣ ਘਰੇ ਤਾਂ ਕੰਮ ਸਾਂਭੂਗੀ? ਘਰ ਤਾਂ ਸਾਂਭ ਲੂ ਬਥੇਰਾ ਪੁੱਤ, ਆਪਾਂ ਤਾਂ ਦੋਨੋਂ ਬਾੜ ਕੇ ਕਰਾਂਗੇ। ਹਾਂ ਇਹ ਤਾਂ ਹੈ, ਪਰ ਜਾਣਾ ਵੀ ਤੂੰ ਕੋਲੇ ਖੜ ਜੇਂਗੀ, ਮੈਥੋਂ ਤਾਂ ਕੀ ਬਣਦਾ ਪੁੱਤ, ਚੱਲ ਮੈਂ ਤੇਰੇ ਨਾਲ ਵਗ। ਤੁਸੀਂ ਹੁਣ ਕਦੋਂ ਚੱਲ ਪਿਆ? ਅਸੀਂ ਬਾੜੇ ਚ ਗਹਾਰਾ ਜਿਹਾ ਲਾ ਕੇ ਆਉਂਦੇ ਸੀ, ਪਾਥੀਆਂ ਬਾਣੀਆਂ ਇਕੱਠੀਆਂ ਹੋ ਰਹੀਆਂ, ਮੈਂ ਰੋਟੀ ਖਾਣੀ ਸੀ। ਘਰੇ ਅਮਨ ਹੈਗੀ, ਅਮਨ ਫੜਾ ਦੂਗੀ, ਉਹ ਵਿਚਾਰੀ ਬਿਮਾਰੀ ਨੇ ਤਾਂ ਮਾਰ ਰੱਖੀ ਆ।
ਕਿੱਥੋਂ ਬੜਾ ਉਪਜਾ ਨਹੀਂ ਹੁਣ ਤਾਂ ਠੀਕ ਹੈ ਉਹਦੀ ਨੀਂਦ ਪੂਰੀ ਹੋ ਗਈ ਅੰਦਰ ਰਸੋਈ ਚ ਝੜ ਗੋਚਾ ਕਰੀ ਜਾਂਦੀ ਫੜਾ ਦੂਗੀ ਰੋਟੀ ਕਹਿ ਦਿਓ ਵੀ ਭਾਈ ਰੋਟੀ ਫੜਾ ਦੇ ਅੱਛਾ ਫਿਰ ਚੰਗਾ ਹੋਇਆ ਚੱਲ ਨੀਂਦ ਪੂਰੀ ਹੋ ਗਈ ਦਵਾਈ ਲੱਗ ਗਈ ਹਨਾ ਫਿਰ ਤਾਂ ਲੱਗ ਗਈ ਪੁੱਛ ਵਾਲੇ ਦਵਾਈ ਲੱਗ ਗਈ ਹਾਂ ਦੇਖ ਲੈ ਕਿੰਨਾ ਤੇਲ ਫੂਕਿਆ ਬੇ ਹਨਾ ਬਥੇਰਾ 3 ਸਾਲ ਹੋ ਗਏ ਡੰਡ ਪਰ ਡਾਕਟਰਾਂ ਦੇ ਫੀਸੇ ਹੀ ਨਹੀਂ ਹਾਂ ਹੋਰ ਹਨਾ ਚੱਲ ਸ਼ੁਕਰ ਆ ਖਾਦੀ ਬਥੇਰੀ ਦਵਾਈ ਮੈਨੂੰ ਤਾਂ ਐ ਲੱਗਦਾ ਤੇ ਹੁਣ ਤਾਂ ਇਹਦੇ ਗੁਰਦੇ ਖਤਮ ਹੋਣਗੇ ਜਿਹੜੀ ਇੰਨੀ ਦਵਾਈ ਖਾਂਦੀ ਦਵਾਈ ਮਾੜੀ ਆ ਵਾਲੀ ਵੀ ਹੋਰ ਹਨਾ ਚਲੋ ਨਿਬੇੜੋ ਕੰਮ ਫਿਰ ਚੁਕਾ ਦੂੰ ਤੁਹਾਨੂੰ ਮੈਂ ਟੋਕਰੇ ਚੱਲ ਆ ਜਾ ਫਿਰ ਚੱਲ ਆ ਜਾ ਕੇ ਫੜਾ ਦੂ ਰੋਟੀ ਹਨਾ ਹਾਂ ਹਾਂ ਐ ਕਰ ਲੈ ਹੋਰ ਅੱਧਾ ਘੰਟਾ ਲੱਗਦਾ ਨਹੀਂ ਆਪਾਂ ਨੂੰ ਜਿੰਨਾ ਵੀ ਟਾਈਮ ਤਾਂ ਕੀ ਲੱਗੂ ਬੰਦਿਆਂ ਨੂੰ ਲੜਦੇ ਰਹਿੰਦੇ ਆ ਬੈਲ ਨਾ ਕਿਸੇ ਨੂੰ ਲੱਗ ਜੇ ਉਹ ਇਹੋ ਜਿਹਾ ਬੈਲ ਲੱਗਿਆ ਨੀ ਪੁੱਤੇ ਦਾ ਰਾਤ ਨੂੰ ਬਦ ਭੀਤੀ ਖਾਧੀ ਜਾਂਦੀ ਹੈ ਤੜਕੇ ਨੂੰ ਚਾਇਰ ਵਜਾ ਕਾਲ ਜਿਹਾ ਮੱਚਦਾ ਲੱਸੀ ਪਾਣੀ ਦਾ ਔਖਾ ਰੋਜ਼ ਲੱਸੀਆਂ ਲਿਆਉਣੀਆਂ ਔਖੀਆਂ ਨੇ ਅਗਲਾ ਔਖੇ ਤਾਂ ਚੰਗੀ ਖਿੱਚ ਗਈ ਹੋਰ ਕੀ ਕਰੀਏ ਪੁੱਤੇ ਦਾ ਇੱਕ ਤੁਰਿਆ ਨਹੀਂ ਜਾਂਦਾ ਲੱਤ ਦੁਖਣ ਲੱਗ ਗਈ ਇਹ ਤਾਂ ਮਾੜਾ ਜਿਹਾ ਜੇ ਘੁੱਟ ਪੀ ਲੈਂਦੇ ਹਾਂ ਨਸ਼ੇ ਦੇ ਨਾਲ ਤਾਂ ਤੁਰੇ ਫਿਰਦੇ ਹੈ ਮੇਰਤੀ ਰਾਣੀ ਸਿੰਬਰੀ ਜਾਂਦੀ ਹੈ ਦਮ ਦਮ ਕੰਮ ਕਰੀ ਜਾਂਦੀ ਹੈ ਦੁਖਦਾ ਸਿਰ ਨਾ ਜਮਾ ਭੋਰਾ ਵੀ ਨੀ ਨੀਂਦ ਕਿਵੇਂ ਆਉਂਦੀ ਹੈ ਮੈਂ ਤਾਂ ਉਹਦੇ ਤੋਂ ਦਵਾਈ ਦੇ ਗਈ ਤੂੰ ਤਾਂ ਕਹਿੰਦੀ ਰਾਤ ਨੂੰ ਪੀ ਰਾਤ ਕਿਹੜੀ ਮੈਂ ਤਾਂ ਦੁਪਹਿਰੇ ਪੀ ਲਈ ਮੈਂ ਤਾਂ ਜਿਉ ਸੁੱਤੀ ਮੈਂ ਦੂਜੇ ਦਿਨ ਹੁਣ ਉੱਠੀ ਆ ਮੈਂ ਤਾਂ ਅੱਛਾ ਹੋਰ ਹੁਣ ਤੇਰੀ ਬੇਬੇ ਤੇ ਉਹ ਕਿੱਧਰ ਗਈਆਂ ਨੇ ਉਹ ਤਾਂ ਬਾੜੇ ਚ ਗਈਆਂ ਨੇ ਗੋਹਾ ਪੱਥਣ ਗਈਆਂ ਨੇ ਗੀਆਂ ਮੈਂ ਤਾਂ ਮੈਨੂੰ ਕਹਿੰਦੀ ਸੀ ਰਸੋਈ ਦਾ ਥੋੜਾ ਜਿਹਾ ਕੰਮ ਪਿਆ ਮੈਂ ਤਾਂ ਸਾਰਾ ਕਰ ਦੂੰ ਹਾਂ ਚਲੋ ਬੰਦੇ ਦੀ ਗੱਲ ਤੰਦਰੁਸਤੀ ਹੋਵੇ ਠੀਕ ਹੈ ਗੱਲ ਸੱਚੀ ਹੈ ਮੇਰੇ ਤਾਂ ਹੋਰ ਕੁਝ ਦੁਖਦੀ ਨਹੀਂ ਸਿਰ ਦੁਖਦਾ ਸੀ ਨੀਂਦ ਨਹੀਂ ਆਉਂਦੀ ਸੀ ਹੁਣ ਨੀਂਦ ਵਧੀਆ ਆ ਗਈ ਹਾਂ ਸਿਰ ਆਪੇ ਹਟ ਗਿਆ ਅੱਜ ਤੇਰੇ ਮੂੰਹ ਦਾ ਵੀ ਪਤਾ ਲੱਗਦਾ ਹੈ ਰੂਹ ਬਦਲ ਰਹੀ ਹੈ ਹੋਰ ਕਿੱਥੇ ਤੂੰ ਤਾਂ ਦੋਡੀਆਂ ਜੀ ਅੱਖਾਂ ਲਾਹੌਰ ਨੀਂਦ ਨਹੀਂ ਪੂਰੀ ਹੁੰਦੀ ਸੀ ਮੈਂ ਤਾਂ ਫੁੱਲ ਵਰਗੀ ਹੋ ਗਈ ਧੰਨਵਾਦ ਤੇਰਾ ਬਹੁਤ ਬਹੁਤ ਮੈਨੂੰ ਰੋਜ਼ ਦੇ ਜਾ ਕਰ ਦਵਾਈ ਅੱਜ ਤਾਂ ਮੇਰੇ ਕੋਲੇ ਪਈ ਹੈ ਮੈਨੂੰ ਕੱਲ ਨੂੰ ਦੇ ਜੀ ਪੁੱਤ ਦੇ ਤਾਂ ਜਿਉਂ ਮੈਂ ਤੈਨੂੰ ਇਕੱਠੀ ਦੇ ਜੂ ਠੀਕ ਪਰ ਉਸੇ ਲੋਟ ਨਾ ਤਾਂ ਤੂੰ ਦੱਸੀ ਪੀ ਬਣਾ ਕੇ ਹੱਥ ਨੇ ਪੀ ਲਈ ਬਸ ਤੂੰ ਮੈਨੂੰ ਲੁਕੋ ਕੇ ਜੇ ਦੇ ਹਾਂ ਲੁਕੋ ਕੇ ਫੜਾ ਜੂ ਸੁਣ ਮੇਰੀ ਗੱਲ ਹੱਥ ਨੇ ਲਾ ਕੇ ਥੋੜ੍ਹੀ ਜੀ ਪਾ ਲਿਆ ਵਿੱਚੇ ਪਾ ਲਿਆ ਪਾਣੀ ਅਸਰ ਫੇਰ ਕਰਦੀ ਹੁੰਦੀ ਮੈਂ ਤਾਂ ਉਹਦੇ ਪਾਣੀ ਵੀ ਨਹੀਂ ਪਾਇਆ ਮੈਂ ਤਾਂ ਹੀ ਪੀ ਗਈ ਤੈਨੂੰ ਤਾਂ ਲੱਗੇ ਵੀ ਆਰਾਮ ਆ ਗਿਆ ਹਾਂ ਮੈਨੂੰ ਤਾਂ ਹੋ ਗਿਆ ਵੀ ਆਰਾਮ ਆ ਜਾ ਛੇਤੀ ਉਹੀ ਗੱਲ ਜੇ ਤੈਨੂੰ ਤਕਲੀਫ ਵਧੀ ਥੋੜੀ ਕੌੜੀ ਤਾਂ ਲੱਗੀ ਕੌੜੀ ਤਾਂ ਫਿਰ ਤੈਨੂੰ ਕਿਹਾ ਸੀ ਪਾਣੀ ਪਾ ਲਈ ਉਹਦੇ ਨਾਲ ਨਹੀਂ ਕੌੜੀ ਮੈਂ ਪਾਣੀ ਮੈਂ ਤਾਂ ਭੁੱਲੀ ਗਈ ਪਾਉਣਾ ਮੈਂ ਤਾਂ ਹੀ ਪੀ ਲਈ ਉਹਦੀ ਇਲਾਇਚੀ ਖਾ ਲਿਆ ਕਰ ਖਾ ਲਈ ਸੀ ਹਾਂ ਬਸ ਠੀਕ ਹਾਂ ਉਹਦੇ ਨਾਲ ਠੀਕ ਫਿਰ ਵਧੀਆ ਨੀਂਦ ਆ ਗਈ ਮੈਨੂੰ ਤਾਂ ਉਹਦੀ ਪੈ ਗਈ ਮੈਂ ਤਾਂ ਜੇ ਇਹਨੂੰ ਖਾਵੇ ਤੇਰਾ ਰੋਗ ਟੁੱਟ ਗਿਆ ਹੋਰ ਚੱਲ ਤੂੰ ਬੇਬੇ ਹੋਰੀ ਕੱਲ ਗਈਆਂ ਸੀ ਬਾਜ਼ਾਰ ਮਾਂ ਕਿਤੇ ਅੱਜ ਮੁੜ ਕੇ ਅੱਜ ਗਈਆਂ ਸੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੱਲ ਅੱਜ ਦਾ ਕੁਝ ਪਤਾ ਨਹੀਂ ਲੱਗਿਆ ਉਹ ਪਰ ਜੋ ਨੀਂਦ ਲੈ ਗਿਆ ਬਰਾਉ ਜਾ ਲੈ ਗਿਆ ਕਿਉਂਕਿ 3 ਸਾਲ ਹੋ ਗਏ ਮੈਨੂੰ ਤਾਂ ਬਿਮਾਰ ਹੋਈ ਨੂੰ ਹਾਂ ਇੱਕ ਨੱਦਾ ਦੇ ਹੋਰ ਇੱਕ ਦਿਨ ਚ ਬੰਦੇ ਨੂੰ ਤਾਪ ਚੜ ਜਾ ਜਾਂ ਦੁਖਣ ਲੱਗਦਾ ਕਿ ਮੈਂ ਤਾਂ ਆ ਜਾਣਾ ਤੂੰ ਤਾਂ ਤਾਂ ਲੱਸੀ ਲੈ ਕੇ ਦਿੰਨੀ ਆ ਹਾਂ ਲਿਆ ਪੁੱਤ ਲਿਓਨੀ ਚੱਲ ਇਹ ਤਾਂ ਰੱਗੀ ਮੇਰੇ ਸੀਗੇ ਲੱਜਤ ਆ ਗਈ ਵਧੀਆ ਹੋ ਗਿਆ ਸ਼ੁਕਰ ਹੋਇਆ ਤਾਂ ਵਧੀਆ ਸਵਾਦ ਜਾ ਗਿਆ ਗੱਲ ਦਾ ਮੈਂ ਤਾਂ ਜਮਾ ਨਜ਼ਾਰਾ ਆ ਗਿਆ ਲੱਸੀ ਲਿਆ ਪੁੱਤ ਲੈ ਫੜਾ ਜੀ ਚੰਗਾ ਕੱਲ ਨੂੰ ਤੰਦਰੁਸਤੀ ਹੋ ਗਈ ਆਪੀ ਨਿਆਮਤ ਹੋ ਗਈ
ਆਰਾਮ ਆ ਗਿਆ, ਗਰੋਹ ਟਲ ਗਿਆ। ਠੀਕ ਚਾਚੀ ਤੜਕੇ ਉੱਠ ਕੇ ਕਾਲ ਜਿਹਾ ਮੱਚਣ ਲੱਗ ਜਾਂਦਾ। ਇਹ ਤੇਜ ਦਵਾਈ ਆ। ਅੱਛਾ ਹਾਂ, ਇਹ ਜੜੀਆਂ ਬੂਟੀਆਂ ਦੀ ਬਣੀ ਹੁੰਦੀ ਹੈ ਤੇ ਤੈਨੂੰ ਮੈਂ ਦੱਸਦੀ ਆ, ਜਿਹੜੀਆਂ ਜੜਾਂ ਬੂਟੀਆਂ ਹੁੰਦੀਆਂ ਨੇ ਉਹ ਗਰਮਾਇਸ਼ ਚ ਹੀ ਹੁੰਦੀਆਂ ਨੇ, ਤੂੰ ਨਾ ਥੋੜੀ ਪੀਆ ਕਰ, ਉਹ ਜ਼ਿਆਦਾ ਪੀ ਲੈਂਦੀ ਆ ਤਾਂ ਕਰਕੇ ਤੜਕੇ ਨੂੰ ਪਾਲ ਜਾਵਾਂ ਚਾਹੀਦਾ। ਮੈਨੂੰ ਤਾਂ ਐਂ ਹੁੰਦਾ ਚਾਚੀ ਵੀ ਮਸਾਂ ਦਾ ਦੇਖ ਨੀਂਦ ਆਉਣ ਲੱਗੀ ਆ ਵੀ ਮੈਂ ਠੀਕ ਹੋ ਜਾ, ਮੈਂ ਤਾਂ ਵੱਧ ਪੀ ਲੈਂਦੀ ਆ। ਨਾ ਨਾ, ਵੱਧ ਨਾ ਪੀਆ ਕਰ, ਦੇਖ ਕੇ ਜੀ ਪੀਆ ਕਰ, ਹਾਂ ਸਾਹਬ ਨਾਲ ਹੀ, ਹਾਂ ਤੇ ਵਿੱਚ ਪਾ ਕਰ ਪਾਣੀ। ਪਾਣੀ ਤਾਂ ਮੈਂ ਪਾ ਲਿਆ ਕਰੂੰ ਚਾਚੀ, ਮੈਨੂੰ ਐਂ ਦੱਸ ਚੀਜ਼ ਕੋਈ ਗਲਤ ਤਾਂ ਨਹੀਂ ਹੈਗੀ? ਨਹੀਂ ਗਲਤ ਤਾਂ ਕਾਹਨੂੰ ਹੈ, ਤੈਨੂੰ ਗਲਤ ਲੱਗਦੀ ਹੈ? ਸੱਚ ਸੱਚ ਦੱਸ ਚਾਚੀ, ਸੱਚੀ ਦੱਸਾਂ? ਸੱਚ ਦੱਸ। ਦੇਖ ਤੂੰ ਮੇਰੀ ਧੀ ਹੈ, ਧੀ ਕਰਕੇ ਤੇਰਾ ਮੈਂ ਰੋਗ ਤੋੜਿਆ, ਠੀਕ ਹੈ, ਪਰ ਇੱਕ ਗੱਲ ਹੈ ਕਿਸੇ ਕੋਲ ਨਾ ਦੱਸੀ, ਤੈਨੂੰ ਤਾਂ ਮੈਨੂੰ ਪਤਾ ਹੋਵੇ। ਦੱਸ। ਦੱਸਾਂ? ਹਾਂ। ਇਹ ਤਾਂ ਪੁੱਤ ਸ਼ਰਾਬ। ਹਾਏ ਚਾਚੀ, ਸ਼ਰਾਬ? ਮੈਨੂੰ ਤਾਂ ਸ਼ਰਾਬ ਪੀ ਗਈ। ਕੋਈ ਨੀ ਪੁੱਤ, ਤੇਰਾ ਰੋਗ ਟੁੱਟਣਾ ਚਾਹੀਦਾ, ਤੇਰਾ ਟੁੱਟ ਗਿਆ ਰੋਗ, ਤੈਨੂੰ ਕੀ ਹੈ? ਅਗਲਾ ਕਹਿੰਦਾ ਜ਼ਹਿਰ ਪੀ ਕੇ ਮੇਰੇ ਰੋਗ ਟੁੱਟੇ, ਪਰ ਸਾਡਾ ਕੋਈ ਨਹੀਂ ਪੀਂਦਾ ਸੀਗਾ, ਮੈਂ ਸ਼ਰਾਬ ਪੀਣ ਲੱਗ ਗਈ। ਤਾਂ ਇਹਦੇ ਆਪਦੇ ਦੁੱਖ 'ਚ ਪੀਤੀ ਹੈ, ਕੋਈ ਮੇਰੀ ਮਾਰੀ ਨੇ ਤਾਂ ਪੀਤੀ ਨਹੀਂ। ਲੈ ਹੁਣ ਚਾਚੀ, ਇੰਨੇ ਦਿਨ ਹੋ ਗਏ, ਮੈਨੂੰ ਤਾਂ ਸੁਭਾਅ ਪੈ ਗਿਆ। ਫਿਰ ਉਹ ਤਾਂ ਪਊ ਪਊਗਾ ਪੁੱਤ, ਉਹ ਕੀ ਆਖਣ ਸਾਰੇ ਪਊਗਾ। ਚੱਲ ਫਿਰ ਉਹ ਆਇਆ ਹੂੰ, ਮੈਂ ਉਦੋਂ ਹੀ ਠੀਕ ਵੀ ਹਾਂ। ਬਸ ਫਿਰ ਤੇਰਾ ਰੋਗ ਟੁੱਟ ਗਿਆ। ਹਾਂ, ਉਹ ਦਵਾਈਆਂ ਤੇ ਇੰਨੇ ਲਾਉਂਦੀ ਸੀ, ਤੇਰੇ ਗੁਰਦੇ ਕੰਮ ਛੱਡ ਜਾਂਦੇ। ਹੋਰ ਇਹ ਤਾਂ ਗੱਲ ਠੀਕ ਹੈ, ਇਹ ਤਾਂ ਠੀਕ ਹੈ ਤੇਰੀ ਗੱਲ। ਤੇ ਜਿਹੜੀ ਤੈਂ ਘੁੱਟ ਬੁੱਕ ਪੀ ਵੀ ਲਈ, ਉਹਦਾ ਕੋਈ ਨੁਕਸਾਨ ਨਹੀਂ। ਚੱਲ ਫਿਰ ਚੰਗਾ, ਹੁਣ ਤੂੰ ਮੈਨੂੰ ਕੱਲ੍ਹ ਨੂੰ ਲਿਆ ਦੀ, ਫੜਾ ਜਾਊਂਗੀ ਪੁੱਤ, ਕੋਈ ਗੱਲ ਨਹੀਂ। ਹਾਂ, ਪਰ ਮੈਂ ਐਂ ਫੜਾ ਤਾਂ ਜਾਵਾਂ, ਤੇਰੀ ਸੱਸ ਕੋਲੇ ਵੀਰਪਾਲ ਹੋਊਗੀ। ਇਹ ਗੱਲ ਤਾਂ ਚਾਚੀ ਤੇਰੀ ਸੋਚਣ ਵਾਲੀ ਹੈ। ਚਾਚੀ ਇੱਕ ਗੱਲ ਹੈ, ਜੇ ਤੂੰ ਲੱਸੀ ਲੈਣ ਆਏਗੀ ਵੱਡੀ ਕਹਿੰਦੇ ਚੱਕਦੇ ਨਾਲ, ਤਾਂ ਲੱਸੀ ਵੱਧ ਲਈ ਜੀ। ਅੱਛਾ, ਤੇ ਉਹਦੇ ਵਿੱਚ ਹੀ ਬੋਤਲ ਧਰ ਲਈ, ਠੀਕ ਹੈ। ਹਾਂ, ਇਹ ਗੱਲ ਹੋ ਗਈ, ਤੂੰ ਪੁੱਤ ਥੋੜ੍ਹੇ ਜਿਹੇ ਪੈਸੇ ਤਾਂ ਮੈਨੂੰ ਦੇ, 500 ਰੁਪਇਆ। 500 ਛੱਡ, ਤੈਨੂੰ ਮੈਂ 1000 ਦੇ ਦੂੰ। ਬਸ ਫਿਰ, ਹਾਂ ਤੂੰ ਮੈਨੂੰ 1000 ਫੜਾ ਦੇ ਤੇ ਮੈਂ ਤੈਨੂੰ ਉਹ ਕਰ ਦੂੰਗੀ। ਹੁਣ ਤਾਂ ਮੈਨੂੰ ਉਹਦੇ ਬਿਨਾਂ ਕੰਮ ਨਹੀਂ ਹੁੰਦਾ, ਟਾਈਮ ਨਾਲ ਫੜਾ ਜੀ। ਚੰਗਾ, ਚੰਗਾ, ਲੱਸੀ ਨੂੰ ਆਈ, ਠੀਕ ਹੈ, ਠੀਕ। ਹਾਏ, ਮੈਂ ਸ਼ਰਾਬ ਪੀਣ ਲੱਗ ਗਈ, ਖਸਮਾਂ ਨੂੰ ਖਾਵੇ ਪਰਾਂ। ਮੇਰਾ ਰੋਗ ਤਾਂ ਠੀਕ ਹੋ ਗਿਆ, ਕਿਤੇ ਮੈਂ ਸੌਂਦੀ ਨਹੀਂ ਸੀਗੀ, ਵਧੀਆ ਹੋ ਗਿਆ ਮੇਰਾ ਰੋਗ ਟੁੱਟ ਗਿਆ। ਇੰਨੀ ਸੋਹਣੀ ਨੀਂਦ ਆਉਂਦੀ ਹੈ ਮੈਨੂੰ ਤਾਂ ਹੁਣ, ਜੀ ਕਰਦਾ ਕੰਮ ਕਰੀ ਜਾਵਾਂ, ਕਰੀ ਜਾਵਾਂ। ਬੇਬੇ, ਜਿੱਦਾਂ ਦੀ ਅਮਨ ਠੀਕ ਹੋਈ ਹੈ, ਮੈਨੂੰ ਤਾਂ ਬਾਬਾ ਲਾਈ ਆਰਾਮ ਆ ਰਿਹਾ ਹੈ। ਕੁੜੇ ਪੁੱਤ, ਥੋੜ੍ਹੇ ਔਖੇ ਹੋਏ ਆ। ਹੋਰ, ਤੈਨੂੰ ਬਹੁਤ ਨਰਕ ਭੋਗਿਆ ਆਪਾਂ, ਇਹਨੇ ਵੀ ਵਿਚਾਰੀ ਨੇ ਨਾਲ ਹੀ ਭੋਗਿਆ। ਮੈਂ ਤੈਨੂੰ ਦੱਸਦੀ ਹਾਂ, ਆਪਾਂ ਤਾਂ ਜੇ ਹੁਣ ਇਹਨੂੰ ਆਰਾਮ ਹੈ ਤਾਂ ਭੱਜੀ ਭੱਜੀ ਡਾਹ ਨਹੀਂ ਦਿੰਦੀ। ਹੁਣ ਤਾਂ ਮੇਰੇ ਹੱਥਾਂ 'ਚੋਂ ਕੰਮ ਖੋਂਦੀ ਹੈ। ਦੇਖ ਹੁਣ ਤੁਸੀਂ, ਮੈਂ ਤੁਹਾਨੂੰ ਕਿਹਾ ਨਹੀਂ ਵੀ ਪੁੱਤ ਦੁਪਹਿਰਾ ਆ ਜਾਂਦਾ, ਤੂੰ ਤਾਂ ਕਰਿਆ ਆਇਆ ਕਰ ਪਸ਼ੂਆਂ ਦਾ, ਉਹ ਕਰ ਲੈਂਦੀ ਆ ਘਰ ਤਾਂ। ਨਾ, ਹੁਣ ਤਾਂ ਰਸੋਈ ਦਾ ਕਰਕੇ ਇੱਧਰ ਵਗ ਜਾਂਦੀ ਹੈ, ਮੇਰੇ ਨਾਲ ਇੱਧਰ ਵੀ ਕਰਵਾ ਦਿੰਦੀ ਹੈ, ਬੱਠਲ ਬੁੱਠਲ ਭਰ ਕੇ ਚੁਕਾ ਦਿੰਦੀ ਹੈ। ਤੂੰ ਨਿਬੇੜਿਆ ਹੀ ਕੰਮ? ਹਾਂ, ਮੈਂ ਕਰੇ ਹੀ, ਤੇ ਅਮਨ ਦਾ ਥੋੜ੍ਹਾ ਜਿਹਾ ਰਹਿੰਦਾ ਰਸੋਈ 'ਚ।
ਮੈਂ ਕਿਹਾ ਜੇ ਰਹਿੰਦਾ ਤੂੰ ਮਾੜਾ ਮੋਟਾ ਕਰਾ ਨਾ, ਮੈਂ ਪੁੱਛ ਕੇ ਆਈ ਸੀ, ਕਹਿੰਦੀ ਬਸ ਲਾ ਦੂੰ ਗੱਲਾਂ ਪੋਚਾ ਰਹਿ ਗਿਆ, ਸਰੀਕਾ ਨਹੀਂ ਕਰਦੀ, ਨਾ ਨਾ ਸਰੀਕਾ ਨਹੀਂ ਕਰਦੀ, ਮੈਂ ਚੰਗਾ ਨਾ ਆਈ ਮੈਂ ਤਾਂ ਨਾ ਆਈ ਕੰਮ ਕਰਕੇ, ਵਧੀਆ ਰਹੂੰਗੀਆਂ ਜੇ ਸਰੀਕਾ ਨਹੀਂ ਕਰੋਗੀਆਂ, ਤੁਹਾਡਾ ਇਕੱਠ ਚੱਲੀ ਜਾਊਗਾ, ਨਾ ਮੈਂ ਜਵਾਕਾਂ ਦਾ ਕੁਝ ਬਣ ਜਾਊਗਾ ਹੋਰ, ਹਾਂ ਚੱਲ ਜਵਾਕ ਵਧੀਆ ਸਕੂਲਾਂ 'ਚ ਪੜ੍ਹ ਜਾਣਗੇ, ਵਧੀਆ ਕਿਸਮਤ 'ਚ ਵਧੀਆ ਲਿਖਾ ਤਾਂ ਬਾਹਰ ਵਗ ਜਾਣਗੇ, ਵਗ ਜਾਣਗੇ ਕੁਛ ਕਰਨ, ਨਹੀਂ ਤਾਂ ਫਿਰ ਬੁਰਾ ਹੀ ਹਾਲ ਹੈ ਉਰੇ ਤਾਂ, ਦੇਖ ਪੌਣੀ ਬੋਤਲ ਹੈ ਹੈਂ, ਦਿਲ 'ਤੇ ਪੱਥਰ ਧਰ ਕੇ ਦੇਣੀ ਪਊ ਕੁੱਟ, ਫੜਾ ਦੂੰ ਗੱਲ ਕਰਾਂ, ਅੱਜ ਪੈਸੇ ਦੇਊਗੀ 1000 ਰੁਪਇਆ ਫੜਾਓ, ਫਿਰ ਵੀ ਲਿਆ ਦੂੰਗੀ, ਹਾਂ ਇਹਨੂੰ ਐਂ ਨਾ ਲੱਗੇ ਵੀ ਇਹ ਪੀਂਦੀ ਹੈ, ਨਾਲ ਲਾ ਲਈ ਨਾ ਪੀਣ, ਬੂਹੇ ਤਾਂ ਆ ਬੈਠੀਆਂ ਨੇ, ਫਸ ਗਈ, ਬੜਾ ਸਿਆਪਾ ਹੋਇਆ ਬੇਬੇ, ਚਾਚੀ ਕਿਵੇਂ ਆਉਂਦੀ ਅੱਜ ਐਡੀ ਢੋਲੀ ਚੱਕੀ, ਪਤਾ ਨਹੀਂ ਬੇਬੇ, ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਠੀਕ ਹੈ ਬੈਠੀ, ਬਸ ਜਾਨੀ ਹੈ ਮੇਰੀ ਗੱਲ ਸੁਣ, ਇੰਨਾ ਟਾਈਮ ਨਹੀਂ ਮੇਰੇ ਕੋਲ, ਬਹਿ ਜਾ ਤੁਸੀਂ, ਤੁਸੀਂ ਬੈਠੋ ਸੱਸ ਨੂੰ, ਕੋਈ ਨਾ ਬਹਿ ਜਾ ਕਰ ਲਾ ਦੋ ਗੱਲਾਂ, ਮੇਰੀ ਗੱਲਾਂ ਗੱਲਾਂ ਕਿੱਥੇ, ਗੱਲਾਂ ਦਾ ਟਾਈਮ ਨਹੀਂ, ਕੋਹ ਨਾ ਕਰੇ ਡਿੱਕੀ ਜਾਂਦਾ ਉਹਨੇ ਜਾਣਾ ਆਪਦਾ ਦਿਹਾੜੀ ਤੇ, ਕਿਵੇਂ ਆਈ ਸੀ, ਮੈਂ ਤਾਂ ਲੱਸੀ ਲੈਣ ਆਈ ਸੀ ਪੁੱਤ, ਲੈ ਮੈਂ ਲਿਆ, ਮੈਂ ਬਾਕੀ ਲੱਸੀ, ਕੋਈ ਨਹੀਂ ਕੋਈ ਨਹੀਂ, ਚੱਲ ਤੂੰ ਬਹਿ ਜਾ, ਬਹਿ ਜਾ ਕਰ ਲਾ ਦੋ ਗੱਲਾਂ, ਮੈਂ ਲਿਆਉਣੀ ਆ ਬਾਕੀ, ਤੂੰ ਤਾਂ 100 ਕਬੀਲਦਾਰੀ ਦੀਆਂ ਗੱਲਾਂ ਕਰ ਦਿਓਗੇ ਸੱਸ ਨੂੰ, ਆ ਮੈਂ ਫਾਨੇ ਵਾਂਗੂ ਵਿੱਚ ਆ ਬੜੀ, ਚੱਲ ਕੋਈ ਨਾ ਕਿੱਥੇ ਲੰਘ ਮਾਰਦੀ ਜਾਏਗੀ, ਮੈਂ ਲਿਆਉਣੀ, ਕੋਈ ਨਹੀਂ ਕੋਈ ਨਹੀਂ, ਤੂੰ ਬੈਠ ਲੈ, ਮੈਂ ਲਿਆਉਣੀ ਆ ਬਾਕੀ, ਲੈ ਦੱਸ ਤੇ ਚਾਚੀ ਵੀ ਬੁਲਾਈ ਜਿੱਦ ਕਰਦੀ ਹੈ, ਉਹ ਬਾਹਾਂ ਹੀ ਜਿੱਦ ਕਰਦੀ ਹੈ, ਤੂੰ ਬਹਿ ਜਾ, ਮਾ ਲਾਂਗੜੀ ਲਾਂਗੜੀ ਆਉਂਦੀ, ਚੱਲ ਮੈਂ ਲਿਆ ਦਿੰਦੀ ਆ ਪਾ ਕੇ, ਹੋਰ ਨਹੀਂ ਮੈਂ ਲਿਆਉਂਦੀ, ਕੁੜੇ ਭੈਣੇ ਲੱਸੀ ਹੋਈ ਲਿਆਉਣੀ ਹੈ, ਨਹੀਂ ਕੋਈ ਨਹੀਂ, ਚੱਲ ਕਿਵੇਂ ਅਮਨ ਠੀਕ ਰਹਿੰਦੀ ਹੈ, ਨਾਲੇ ਮੈਂ ਅਮਨ ਨੂੰ ਲਿਆਉਂਦੀ, ਚੱਲ ਕੋਈ ਨਾ ਲਿਆਉਂਦੀ ਹੈ, ਲੱਸੀ ਅਮਨ ਠੀਕ ਹੈ, ਹੁਣ ਤਾਂ ਭੈਣੇ ਵਧੀਆ ਕੰਮ ਕਰਦੀ ਹੈ, ਵਧੀਆ ਨੀਂਦ ਆਉਂਦੀ, ਖੜਕਦਾ ਜੇ ਕੀ ਹੈ ਚ, ਕਿੰਨਾ ਕੱਸ ਕੇ ਲੱਗਿਆ, ਢੱਕਣ ਵੀ ਨਹੀਂ ਖੁੱਲਦਾ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ ਇਵੇਂ ਜਿਵੇਂ ਦੇਖਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਹਾਂਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਹੁਣ ਵਾਰੀ ਕਮੈਂਟ ਵਾਲਿਆਂ ਦੀ ਜੀ, ਗੁਰਮੀਤ ਸਿੰਘ ਕਾਲਾਝਾੜ, ਪਰਮਜੀਤ ਸੈਮੀ ਇੰਗਲੈਂਡ, ਬਲਵਿੰਦਰ ਕੌਰ ਮਣਾ, ਰਾਜਖੀਵਾ ਮਾਨਸਾ, ਮੁਖਤਿਆਰ ਸਿੰਘ ਤੱਗੜ, ਗੁਰਵਿੰਦਰ ਕੌਰ ਮਾਲੋਕੇ, ਗੁਰਮਿਖ ਫਫੜੇ ਭਾਈ ਕੇ, ਸੇਵਕ ਫਫੜੇ ਭਾਈ ਕੇ, ਬਲਕਾਰ ਸਿੰਘ ਆਂਡਿਆਲੀ, ਹਰਗੁਣ ਔਲਖ ਮਲੋਟ, ਸਾਹਿਬਜੋਤ ਸਿੰਘ ਬਰਨਾਲਾ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ।